नमस्कार, सत श्री अकाल जी आयां नूं। हैलो ग्लोबल पंजाब शो च नॉर्थ अमेरिका दे ग्लोबल पंजाब टीवी अते कैनेडा दे चैनल पंजाबी दे दर्शकों का वीकेंड तो बाद स्वागत है। अज आपां गल करांगे पंजाब च चल रहे सोशल मीडिया उपर बवाल दी। सरकार दे अते पुलिस दे खंडन दे बावजूद ये लगातार किया जा रहा है कि कुछ सोशल मीडिया कारकुना नूं इस करके हिरासत च लिया गया है कि वो लगातार सरकार दी आलोचना करदे आए ने। इस च हकीकत की है ये मसला आपां अज विचारांगे, पर उस तो पहलों मैं नवें जुड़े दर्शकों वास्ते एक बार फिर दस देवां कि तुसीं इस शो नूं नॉर्थ अमेरिका दे पैसिफिक टाइम मुताबिक शामी 5:30 अते ईस्टर्न टाइम मुताबिक शामी 8:00 मंडे तो फ्राइडे लाइव देख सकते जे। इहदे कुछ रिपीट शो भी हुंदे आ जदों उत्थे लिखिया हुंदा वा रिकॉर्डड, उहदे तुसीं सवाल जवाब नहीं कर सकते क्योंकि वह रिकॉर्ड पहलों ही कीता हुंदा प्रोग्राम, वह लाइव नहीं हुंदा। कैनेडा दे कुछ हिस्सों च खास करके ब्रिटिश कोलंबिया, अल्बर्टा इन्हों कुछ इलाकों के शो हाले लाइव नहीं चल रहा। उत्थे तुसीं जे तुसीं उत्थे रह रहे जे ते हिस्सा नहीं लै सकते, तुसीं सिर्फ रिकॉर्डेड प्रोग्राम ही सुन रहे जे। साड़ी कोशिश जरूर है कि अगले कुछ दिनों दे विच सारे कैनेडा दे हिस्सों दे विच ये शो लाइव दिखाया जा सके और तुसीं इहदे हिस्सा लै सको। लाइव शो जिहड़ा वा वो इंडियन टाइम मुताबिक भारतीय समय अनुसार सवेरे 7 to 8 ਹੁੰਦਾ ਹੈ, ਕਿਉਂਕਿ ਮੈਨੂੰ ਬਹੁਤ ਲੋਕ ਕਾਲ ਕਰਕੇ ਜਾਂ ਈਮੇਲ ਕਰਕੇ ਪੁੱਛਦੇ ਰਹਿੰਦੇ ਆ ਵੀ ਕਿੰਨੇ ਵਜੇ ਲਾਈਵ ਹੁੰਦਾ। ਸੋ 7 to 8 ਅੱਜ ਕੱਲ੍ਹ ਇਹ ਲਾਈਵ ਹੁੰਦਾ। ਹੁਣ ਅੱਜ ਦਾ ਮਸਲਾ, ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਸਰਕਾਰ ਸੋਸ਼ਲ ਮੀਡੀਆ ਉੱਪਰ ਹੋ ਰਹੀ ਆਲੋਚਨਾ ਕਰਕੇ ਕਾਫੀ ਪਰੇਸ਼ਾਨ ਸੀ। ਸਰਕਾਰ ਨੇ ਅਤੇ ਅਕਾਲੀ ਦਲ ਨੇ ਆਪਣੀ ਸੋਸ਼ਲ ਮੀਡੀਆ 'ਤੇ ਜਿਹੜੀ ਮੌਜੂਦਗੀ ਆ, ਪ੍ਰੈਜੈਂਸ ਵਧਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ। ਥੋੜ੍ਹਾ ਬਹੁਤ ਫਰਕ ਪਿਆ ਪਰ ਬਹੁਤਾ ਨਹੀਂ। ਇਸੇ ਤਰ੍ਹਾਂ ਉੱਧਰ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਹੋਣਾਂ ਨੇ ਵੀ ਆਪਣੀ ਫੇਸਬੁੱਕ ਆਦਿ ਅਕਾਊਂਟ ਜਿਹੜੇ ਆ ਕਾਫੀ ਐਕਟਿਵ ਕੀਤੇ, ਲੇਕਿਨ ਉੱਥੇ ਵੀ ਇੰਝ ਲੱਗਾ ਵੀ ਉਹਨਾਂ ਦੀ ਆਲੋਚਨਾ ਜ਼ਿਆਦਾ ਹੁੰਦੀ ਆ, ਉਹਨਾਂ ਨਾਲ ਸਹਿਮਤੀ ਘੱਟ ਪ੍ਰਗਟ ਹੋ ਰਹੀ ਹੈ। ਸਰਕਾਰ ਵੱਲੋਂ, ਅਕਾਲੀ ਦਲ ਵੱਲੋਂ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਹਾਲੇ ਵੀ ਇਹ ਜਿਹੜੀਆਂ ਕੋਸ਼ਿਸ਼ਾਂ ਵਾ ਇਹ ਜਾਰੀ ਆ। ਸੋਸ਼ਲ ਮੀਡੀਆ ਦੇ ਚਾਹੁੰਦੇ ਆ ਵੀ ਉਹਨਾਂ ਦੀ ਪ੍ਰੈਜੈਂਸ ਜਿਹੜੀ ਆ ਉਹ ਵੱਧਦੀ ਰਹੇ, ਪਰ ਉਹਨਾਂ ਦੇ ਮੁਕਾਬਲੇ ਵਿਰੋਧੀ ਧਿਰਾਂ ਦੀ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਦੀ ਜਿਹੜੀ ਮੌਜੂਦਗੀ ਆ, ਯਾਨੀ ਪ੍ਰੈਜੈਂਸ ਆ, ਉਹ ਸੋਸ਼ਲ ਮੀਡੀਆ 'ਤੇ ਕਿਤੇ ਜ਼ਿਆਦਾ ਵਾ। ਸਰਕਾਰ ਇਹਦੇ 'ਤੇ ਕਾਫੀ ਖਫਾ ਹੈ, ਕੋਈ ਬਹੁਤੀ ਲੁਕੀ ਛੁਪੀ ਗੱਲ ਨਹੀਂ ਵੀ ਸਰਕਾਰ ਇਹਦੇ 'ਤੇ ਇਹ ਸਭ ਜੋ ਹੋ ਰਿਹਾ ਇਹਦੇ 'ਤੇ ਕਾਫੀ ਖਫਾ ਵਾ। ਜਿਸ ਵੇਲੇ ਪਿਛਲੇ ਦਿਨਾਂ 'ਚ ਕੁਝ ਸੋਸ਼ਲ ਮੀਡੀਆ ਦੇ ਕਾਰਕੁਨਾਂ ਨੂੰ, ਵਰਕਰਸ ਨੂੰ, ਐਕਟੀਵਿਸਟ ਨੂੰ ਹਿਰਾਸਤ 'ਚ ਲਿਆ ਗਿਆ ਤਾਂ ਇਸ ਉੱਪਰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਿਰੋਧ ਹੋਇਆ ਵੀ ਇਹ ਕੀ ਹੋ ਰਿਹਾ ਜੀ, ਇਹ ਗਲਤ ਹੋ ਰਿਹਾ, ਇਹ ਲੋਕਤੰਤਰ ਦੇ ਖਿਲਾਫ਼ ਆ। ਇਹ ਵਿਰੋਧ ਹਾਲੇ ਵੀ ਜਾਰੀ ਹੈ, ਕੈਨੇਡਾ ਵਗੈਰਾ ਦੇ ਵਿੱਚ ਉੱਥੇ ਮੁਜ਼ਾਹਰੇ ਵੀ ਹੋਏ ਆ। ਸਭ ਤੋਂ ਜ਼ਿਆਦਾ ਵਿਰੋਧ ਉਸ ਵੇਲੇ ਹੋਇਆ ਜਿਸ ਵੇਲੇ ਪਿਛਲੇ ਹਫ਼ਤੇ NRI ਪੱਤਰਕਾਰ ਅਤੇ ਜਾਣੇ ਮਾਣੇ ਰੇਡੀਓ ਹੋਸਟ ਬਲਤੇਜ ਪੰਨੂ ਨੂੰ ਪਟਿਆਲੇ 'ਚੋਂ ਪੁਲਿਸ ਨੇ ਗ੍ਰਿਫਤਾਰ ਕੀਤਾ। ਉਹਨਾਂ ਦੀ ਗ੍ਰਿਫਤਾਰੀ ਦਾ ਕਾਰਨ ਇੱਕ ਮਹਿਲਾ ਵੱਲੋਂ ਉਹਨਾਂ ਖਿਲਾਫ਼ ਇੱਕ ਸ਼ਿਕਾਇਤ ਸੀ। ਇਸ ਸ਼ਿਕਾਇਤ ਮੁਤਾਬਕ ਉਹਨਾਂ ਨੇ ਇਸ ਔਰਤ ਨੂੰ ਬਾਹਰ ਲਿਜਾਣ ਦੇ ਝਾਂਸਾ ਦੇ ਕੇ ਗੁੰਮਰਾਹ ਕਰਕੇ ਧੋਖਾ ਕਰਨ ਦਾ ਇਲਜ਼ਾਮ ਲਾਇਆ। ਇਹ ਇਸ ਤਹਿਤ ਪੁਲਿਸ ਨੇ ਪੰਨੂ ਖਿਲਾਫ਼ 376, 506 ਅਤੇ 420 IPC ਦੀ ਧਾਰਾ ਲਾ ਕੇ ਕੇਸ ਦਰਜ ਕੀਤਾ। ਇਹ ਔਰਤ ਦੀ ਜਿਹੜੀ ਸ਼ਿਕਾਇਤ ਆ ਇਹ ਤਾਜ਼ਾ ਵਾ, ਪਰ ਵਾਕਿਆ ਕੁਝ ਸਾਲ ਪੁਰਾਣਾ ਵਾ। ਪੰਨੂ ਦੇ ਪ੍ਰਸ਼ੰਸਕ ਇਹ ਕਹਿ ਰਹੇ ਆ ਕਿ ਉਹਨਾਂ ਖਿਲਾਫ਼ ਕੇਸ ਇਹ ਬਿਲਕੁਲ ਝੂਠਾ ਵਾ ਅਤੇ ਉਹਨਾਂ ਨੂੰ ਫੜਨ ਦੀ ਅਸਲੀ ਕਾਰਨ ਜਿਹੜਾ ਵਾ, ਫੜਨ ਦਾ ਅਸਲੀ ਕਾਰਨ ਆ ਉਹ ਹੈ ਕਿ ਉਹਨਾਂ ਨੇ ਆਪਣੇ ਪ੍ਰੋਗਰਾਮਾਂ 'ਚ ਲਗਾਤਾਰ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਕੀਤੀ ਹੈ। ਪੰਨੂ ਦੀ ਬਾਹਰਲੇ ਮੁਲਕਾਂ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਖਾਸ ਕਰਕੇ ਕੈਨੇਡਾ ਦੇ ਵਿੱਚ, ਕਿਉਂਕਿ ਉਹ ਕੈਨੇਡਾ 'ਚ ਰਹੇ ਵੀ ਹੈ ਬੜੇ ਸਾਲ, ਉੱਥੇ ਉਹਨਾਂ ਦੀ ਕਾਫੀ ਲੋਕਪ੍ਰਿਯਤਾ ਵਾ। ਮੇਰਾ ਆਪਣਾ ਮੰਨਣਾ ਹੈ ਕਿ ਭਾਵੇਂ ਔਰਤ ਵੱਲੋਂ ਲਗਾਏ ਗਏ ਆਰੋਪ ਬਹੁਤ ਸੰਗੀਨ ਨੇ, ਪਰ ਇਸ ਕੇਸ 'ਚ ਜਿਸ ਤਰ੍ਹਾਂ ਪੁਲਿਸ ਨੇ ਪੰਨੂ ਦੀ ਗ੍ਰਿਫਤਾਰੀ ਕੀਤੀ, ਯਾਨੀ ਉਹਨਾਂ ਨੂੰ ਜ਼ਬਰਦਸਤੀ ਕਾਰ ਸੁੱਟ ਕੇ ਲੈ ਗਏ, ਉਹਦੀ ਵਾਈਫ ਉੱਥੇ ਖੜੀ ਸੀ, ਉਹਨਾਂ ਦੇ ਸਾਹਮਣੇ ਉਹਨੂੰ ਸੁੱਟ ਕੇ ਲੈ ਗਏ, ਉਹ ਸਰਾਸਰ ਗਲਤ ਸੀ। ਇਹ ਕੋਈ ਪਿਛਲੀ ਰਾਤ ਦੀ ਜਾਂ ਉਸ ਸਵੇਰ ਦੀ ਘਟਨਾ ਨਹੀਂ ਸੀ ਜਿਸ 'ਚ ਕੋਈ ਸਬੂਤ ਜਿਹੜੇ ਸੀ ਨਸ਼ਟ ਹੋ ਸਕਦੇ ਸੀ ਔਰ ਉਹਨਾਂ ਦਾ ਕੋਈ ਮੈਡੀਕਲ ਕਰਾਉਣ ਦੀ ਲੋੜ ਸੀ। ਇਹ ਇੱਕ ਪੁਰਾਣੀ ਘਟਨਾ ਸੀ ਜਿਸ ਬਾਰੇ ਜੇ ਉਹਨਾਂ ਦੇ ਖਿਲਾਫ਼ ਕੋਈ ਕੰਪਲੇਂਟ ਆਈ ਆ, ਠੀਕ ਆ, ਪੁਲਿਸ ਨੂੰ ਐਕਟ ਜ਼ਰੂਰ ਕਰਨਾ ਚਾਹੀਦਾ ਸੀ, ਤਾਂ ਉਹਨੂੰ ਪੁਲਿਸ ਸਟੇਸ਼ਨ ਬੁਲਾਉਂਦੇ, ਉਹਨੂੰ ਕਹਿੰਦੇ ਜੀ ਤੁਸੀਂ ਪੁਲਿਸ ਸਟੇਸ਼ਨ ਆ ਜਾਓ, ਉੱਥੇ ਉਹਨਾਂ ਦੀ ਪੁੱਛਗਿੱਛ ਕਰਦੇ, ਬਿਆਨ ਲੈਂਦੇ, ਉਹਨੂੰ ਕਹਿੰਦੇ ਵੀ ਤੁਹਾਨੂੰ ਜੇ ਦੁਬਾਰਾ ਲੋੜ ਪਈ ਤਾਂ ਤੁਸੀਂ ਦੁਬਾਰਾ ਵੀ ਆ ਜਾਓ। ਜੇ ਉਹਨੂੰ ਲੱਗਦਾ ਸੀਗਾ ਵੀ ਕਿਤੇ ਬਾਹਰ ਨਾ ਚਲੇ ਜਾਣ, ਉਹਨਾਂ ਨੂੰ ਰਿਕੁਐਸਟ ਕੀਤੀ ਜਾ ਸਕਦੀ ਤਾਂ ਆਪਣਾ ਪਾਸਪੋਰਟ ਇੱਥੇ ਛੱਡ ਜਾਓ ਜਾਂ ਕਚਹਿਰੀ ਦੇ ਥਰੂ ਉਹਨਾਂ ਦਾ ਪਾਸਪੋਰਟ ਉੱਥੇ ਰਿਟੇਨ ਕੀਤਾ ਜਾ ਸਕਦਾ ਸੀ। ਇਸੇ ਤਰ੍ਹਾਂ ਹੀ ਇੱਕ ਹੋਰ ਕੇਸ ਹੈ ਲੁਧਿਆਣਾ ਤੋਂ, NRI ਰਘਵੀਰ ਸਿੰਘ ਪਰੋਵਾਲ, ਉਹ ਵੀ ਸੋਸ਼ਲ ਮੀਡੀਆ 'ਤੇ ਕਾਫੀ
ਕਾਫੀ ਐਕਟਿਵ ਆ ਫੇਸਬੁੱਕ ਤੇ ਉਹਨਾਂ ਦੇ ਕਾਫੀ ਉਹਨਾਂ ਦੀ ਪ੍ਰੈਜ਼ੈਂਸ ਆ ਉਹ ਵੀ ਸਰਕਾਰ ਦੀ ਨੀਤੀਆਂ ਦੀ ਕਾਫੀ ਆਲੋਚਨਾ ਕਰਦੇ ਆਏ ਆ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਪਿਤਾ ਮੇਰੇ ਖਿਆਲ ਹੈਗੇ ਉਹਨਾਂ ਦਾ ਨਾਂ ਪ੍ਰੀਤਮ ਸਿੰਘ ਆ ਪਿਤਾ ਪ੍ਰੀਤਮ ਸਿੰਘ ਅਤੇ ਸਾਲਾ ਸਾਹਿਬ ਬ੍ਰਦਰ ਇਨ ਲਾਅ ਜਿਹੜੇ ਆ ਜਗਦੀਪ ਸਿੰਘ ਨੂੰ ਹਿਰਾਸਤ 'ਚ ਪਰਵਾਲ ਨੂੰ ਚੁੱਪ ਕਰਾਉਣ ਵਾਸਤੇ ਲਿਆ ਗਿਆ ਇਹ ਉਹਨਾਂ ਦੇ ਸਮਰਥਕ ਕਹਿ ਰਹੇ ਆ ਪੁਲਿਸ ਨੇ ਕਿਹਾ ਹੈ ਕਿ ਇਹ ਦੋਵੇਂ ਲੋਕਾਂ 'ਤੇ ਅਤੇ ਪੁਲਿਸ 'ਤੇ ਅਪਰਾਧਿਕ ਤੌਰ 'ਤੇ ਦਬਾਅ ਪਾ ਰਹੇ ਸੀ ਇਸੇ ਕਰਕੇ ਉਹਨਾਂ ਖਿਲਾਫ਼ IPC ਦੀ ਧਾਰਾ 506 ਤਹਿਤ ਕ੍ਰਿਮੀਨਲ 506 ਜਿਹੜੀ ਹੈ ਕ੍ਰਿਮੀਨਲ ਇੰਟੀਮੀਡੇਸ਼ਨ ਬਣਦੀ ਹੈ ਇਹਦਾ ਕੇਸ ਜਿਹੜਾ ਵਾ ਉਹ ਦਰਜ ਕੀਤਾ ਗਿਆ ਕਿਉਂਕਿ ਇਹਨਾਂ ਦੋਵਾਂ ਕੇਸਾਂ 'ਤੇ ਪੰਨੂ ਦੇ ਅਤੇ ਪਰਵਾਲ ਦੇ ਕੇਸ 'ਚ ਇੱਕ ਅੱਧਾ ਹੋਰ ਕੇਸ ਵੀ ਆ ਇਹਨਾਂ ਕੇਸਾਂ 'ਚ ਇੱਕ ਬੜਾ ਵੱਡਾ ਬਵਾਲ ਖੜਾ ਹੋ ਗਿਆ ਔਰ ਇੱਕ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਆ ਗਈ ਇੱਥੇ ਮੀਡੀਆ ਦੀ ਆਜ਼ਾਦੀ ਦੀ ਗੱਲ ਆ ਗਈ ਹੈ ਸੋ ਸਰਕਾਰ ਨੂੰ ਚਾਹੀਦਾ ਵਾ ਕਿ ਇਹਨਾਂ ਨੂੰ ਰਿਹਾਅ ਕਰ ਦਿੱਤਾ ਜਾਵੇ ਅਤੇ ਇੱਕ ਉੱਚ ਪੱਧਰੀ ਜਾਂਚ ਕਰਵਾਈ ਜਾਏ ਇਹ ਮੇਰਾ ਖਿਆਲ ਹੈ ਤੁਹਾਡਾ ਕੀ ਹੈ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ ਕੁਝ ਸੱਜਣ ਜਿਹੜੇ ਆ ਉਹ ਆਲਰੇਡੀ ਸਾਡੇ ਨਾਲ ਜੁੜ ਗਏ ਆ ਦੇਖਦੇ ਆ ਉਹ ਆਪਣੇ ਕੀ ਵਿਚਾਰ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਆ ਹੈਲੋ ਸਤਿ ਸ਼੍ਰੀ ਅਕਾਲ ਸੰਦੇਸ਼ ਆ ਸੁਖਵੀਰ ਬੋਲ ਰਿਹਾ ਹਾਂਜੀ ਸੁਖਵੀਰ ਜੀ ਸਤਿ ਸ਼੍ਰੀ ਅਕਾਲ ਜਿਹੜਾ ਤਾਂ ਹੈਗਾ ਕਿ ਸੋਸ਼ਲ ਮੀਡੀਆ ਹਾਂਜੀ ਉਹ ਤਾਂ ਸਾਨੂੰ ਇੱਥੇ ਬੈਠਿਆ ਨੂੰ ਕੁਛ ਜਾਣਕਾਰੀ ਨਹੀਂ ਜੀ ਉੱਥੇ ਹੀ ਪਤਾ ਚੱਲਦਾ ਜੀ ਮੈਂ ਗੱਲ ਕਰਾਂਗਾ ਅੱਜ ਕੱਲ੍ਹ ਦੋ ਜਿਹੜੇ ਆ ਨਾ ਸ਼ਬਦ ਬਹੁਤ ਪ੍ਰਯੋਗ ਹੁੰਦੇ ਆ ਇੱਕ ਸਦਭਾਵਨਾ ਜਿਹੜਾ ਲੋਕਲ ਲੈਵਲ ਤੇ ਆ ਪੰਜਾਬ ਵਿੱਚ ਉਹ ਤੋਂ ਵੀ ਜ਼ਿਆਦਾ ਹੈਗਾ ਆ ਕਿ ਟੋਲਰੈਂਸ ਜਿਵੇਂ ਆਪਾਂ ਪੰਜਾਬੀ ਚ ਜਿਹੜੀ ਭਾਵਨਾ ਕਹਾਂਗੇ ਜਿਹੜਾ ਟੋਲਰੈਂਸ ਹੈਗਾ ਇਹਦਾ ਹੈਗਾ ਕਿ ਇੱਥੇ ਤੱਕ ਹੈਗਾ ਕਿ ਜਿਹੜੀ ਗੌਰਮੈਂਟ ਆ ਜਿਹੜੀ ਅਕਾਲੀ ਗੌਰਮੈਂਟ ਹੋਏ ਜਾਂ ਅਕਾਲੀ ਭਾਜਪਾ ਗੌਰਮੈਂਟ ਹੋਏ ਰਲ ਕੇ ਕੁਛ ਵੀ ਕਰ ਸਕਦੇ ਹੈ ਜਿੱਦਾਂ ਰਾਜਨਾਥ ਸਿੰਘ ਹੋਮ ਮਿਨਿਸਟਰ ਨੇ ਬਿਆਨ ਦਿੱਤਾ ਵੋਟ ਸੈਕੂਲਰ ਸੈਕੂਲਰਿਜ਼ਮ ਦੇ ਸਾਰੀ ਦੁਨੀਆਂ ਦੇ ਵਿੱਚ ਜਿਹੜੇ ਹੈਗੇ ਕਿ ਮੀਨਿੰਗ ਪਤਾ ਕੀ ਹੈਗੇ ਆ ਪਰ ਉਹਨੇ ਕਿਹਾ ਨਹੀਂ ਇੰਡੀਆ ਦੇ ਵਿੱਚ ਜਿਹੜਾ ਕਹਿੰਦੇ ਇੰਡੀਅਨ ਕਾਂਸਟੀਟਿਊਸ਼ਨ ਦੇ ਵਿੱਚ ਜਿਹੜਾ ਸੈਕੂਲਰਿਜ਼ਮ ਵਰਡ ਹੈਗਾ ਆ 1976 ਵਿੱਚ ਇੰਟਰੋਡਿਊਸ ਹੋਇਆ ਜਿਹੜਾ ਸਰਦਾਰ ਸਵਰਨ ਸਿੰਘ ਨੂੰ ਵੀ ਜੋੜਿਆ ਜਾਂਦਾ ਜਿਹਦੇ ਨਾਲ ਤੇ ਉਹਨੇ ਕਿਹਾ ਕਿ ਇਹ ਜਿਹੜਾ ਕਿ ਇਸ ਹਿਸਾਬ ਦੇ ਨਾਲ ਜਿਹੜਾ ਸੈਕੂਲਰਿਜ਼ਮ ਆ ਉਹ ਜਦੋਂ ਦਾ ਅਸੀਂ ਟ੍ਰਾਂਸਲੇਸ਼ਨ ਕਰਦੇ ਹਾਂ ਤੇ ਉਹ ਧਰਮ ਨਿਰਪੱਖਤਾ ਨਹੀਂ ਤੇ ਉਹ ਇੱਕ ਹੈਗੀ ਆ ਪੰਥ ਨਿਰਪੱਖਤਾ ਤੇ ਉਹਨੇ ਕਿਹਾ ਕਿ ਇਸ ਤਰ੍ਹਾਂ ਪੰਥਾਂ ਦੀ ਉਹਨੇ ਐਗਜ਼ਾਮਪਲ ਦਿੱਤੀ ਕਿ 72 ਦਾ ਪੰਥ ਹੈਗਾ ਮੁਸਲਮਾਨਾਂ ਦੇ ਬਾਕੀ ਜਿਹੜਾ ਪੰਥ ਸ਼ਬਦ ਸ਼ੁਰੂ ਹੋਇਆ ਸੀਗਾ ਇਹ ਤੁਹਾਨੂੰ ਪਤਾ ਕਿ ਬੁੱਧਿਜ਼ਮ ਤੋਂ ਸ਼ੁਰੂ ਹੋਇਆ ਸੀ ਬੁੱਧਿਜ਼ਮ ਦੇ ਜਾਂ ਸਿੱਧਾਂ ਦੇ ਕਿੰਨੇ ਪੰਥ ਹੈਗੇ ਆ ਤੇ ਬਾਕੀ ਹਿੰਦੂਆਂ ਦੇ ਕਿੰਨੇ ਪੰਥ ਹੈਗੇ ਆ ਸਿੱਖਾਂ ਦੇ ਕਿੰਨੇ ਪੰਥ ਹੈਗੇ ਆ ਇਹ ਕਹਿੰਦੇ ਉਹ ਸਾਰਿਆਂ ਨੂੰ ਨਿਰਪੱਖਤਾ ਹੈਗੀ ਆ ਇਹ ਜਿਹੜੀ ਹੈਗੀ ਕਿ ਇੱਦਾਂ ਦੀ ਜਿਹੜੀ ਟਵਿਸਟ ਕਰਨਾ ਸਾਡੀਆਂ ਗੱਲਾਂ ਦਾ ਇਸ ਵੇਲੇ ਇੰਡੀਆ ਦਾ ਪਤਾ ਨਹੀਂ ਕੀ ਬਣੇਗਾ ਜੀ ਮਿਹਰਬਾਨੀ ਸੁਖਬੀਰ ਜੀ ਦੇਖੋ ਠੀਕ ਆ ਮੇਰਾ ਖਿਆਲ ਹੈ ਜਿਹੜਾ ਸੈਕੂਲਰਿਜ਼ਮ ਵਰਡ ਆਪਣੇ ਸੰਵਿਧਾਨ 'ਚ ਐਡ ਕੀਤਾ ਗਿਆ ਵਾ ਇਹ ਚੰਗੀ ਗੱਲ ਸੀਗੀ ਮੇਰੇ ਖਿਆਲ ਸੈਕੂਲਰਿਜ਼ਮ ਇਹੋ ਜਿਹੀ ਚੀਜ਼ ਆ ਜਿਹਨੂੰ ਅਸੀਂ ਤਾਂ ਧਰਮ ਨਿਰਪੱਖਤਾ ਹੀ ਮੰਨਦੇ ਹਾਂ ਇਹਨੂੰ ਬਹੁਤ ਦੁਬਾਰਾ ਇਹ ਬੜੇ ਜ਼ਰੂਰੀ ਆ ਇਹਨੂੰ ਦੁਬਾਰਾ ਸਾਨੂੰ ਦੱਸਣ ਦੀ ਲੋੜ ਆ ਵੀ ਅਸੀਂ ਧਰਮ ਨਿਰਪੱਖ ਹਾਂ ਔਰ ਅਸੀਂ ਸਾਰਿਆਂ ਧਰਮਾਂ ਦੀ ਇੱਜ਼ਤ ਕਰਦੇ ਹਾਂ ਔਰ ਇਸ ਕਰਕੇ ਇਹ ਵਰਡ ਜਿਹੜਾ ਵਾ ਇਹ ਵਿੱਚ ਲਿਆਉਣਾ ਭਾਵੇਂ ਇਹ ਠੀਕ ਆ ਕਿ ਜਦੋਂ ਕੋਨਸਟੀਟਿਊਸ਼ਨ ਬਣਿਆ ਸੀ ਉਦੋਂ ਇਹ ਨਹੀਂ ਸੀਗਾ ਲੇਕਿਨ ਉਹਦੇ ਨੂੰ ਲਿਆਉਣਾ ਮੇਰੇ ਖਿਆਲ ਕੋਈ ਇਹਦੇ 'ਚ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਇਨਫੈਕਟ ਔਰ ਇਹਦੀ ਇੱਕ ਸਹੀ ਡੈਫੀਨੇਸ਼ਨ ਜਿਹੜੀ ਆ ਠੀਕ ਆ ਇੱਕ ਵਾਈਡ ਡੈਫੀਨੇਸ਼ਨ ਉਹਨੂੰ ਆਪਾਂ ਕਹਿ ਸਕਦੇ ਹਾਂ ਜਿਵੇਂ ਮਰਜ਼ੀ ਉਹਨੂੰ ਡਿਫਾਈਨ ਕਰ ਲਓ ਮੇਰਾ ਖਿਆਲ ਇੱਕ ਚੰਗਾ ਵਰਡ ਹੀ ਆ ਸੈਕੂਲਰਿਜ਼ਮ ਜਿਹੜਾ ਵਾ ਮੈਂ ਵਾਪਸ ਅੱਜ ਦੇ ਮਸਲੇ 'ਤੇ ਆਉਣਾ ਚਾਹੁੰਦਾ ਵਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਦੀ ਇੱਕ ਬਹੁਤ ਸਾਰੇ ਬਾਹਰ ਵਾਸਤੇ ਪੰਜਾਬੀਆਂ ਨੂੰ ਇੱਕ ਫੀਲਿੰਗ ਆ ਕਿ ਸੋਸ਼ਲ ਮੀਡੀਆ 'ਤੇ ਜਿਹੜੀ ਸਰਕਾਰ ਦੀ ਆਲੋਚਨਾ ਹੋ ਰਹੀ ਆ ਉਹਦੇ ਕਰਕੇ ਸਰਕਾਰ ਜਿਹੜੀ ਆ ਉਹ ਖਫਾ ਵਾ ਔਰ ਉਹ ਸੋਸ਼ਲ ਮੀਡੀਆ 'ਤੇ ਜਿਹੜੀ ਸਰਕਾਰ ਦੀ ਆਲੋਚਨਾ ਲੋਕ ਕਰਦੇ ਆ ਉਹਨਾਂ ਨੂੰ ਉਹ ਟਾਰਗੇਟ ਕਰ ਰਹੇ ਇੱਕ ਇੱਕ ਕਰਕੇ ਟਾਰਗੇਟ ਕਰ ਰਹੇ ਆ ਇਹ ਲਗਾਤਾਰ ਸੋਸ਼ਲ ਮੀਡੀਆ 'ਤੇ ਕਿਹਾ ਜਾ ਰਿਹਾ ਇਹਦੇ 'ਚ ਹਕੀਕਤ ਕੀ ਆ ਇਹਨੂੰ ਸਰਕਾਰ ਨੂੰ ਕਿਵੇਂ ਇਸ ਚੀਜ਼ ਨਾਲ ਨਜਿੱਠਣਾ ਚਾਹੀਦਾ ਵਾ ਇਹ ਮਸਲਾ ਅਸੀਂ ਅੱਜ ਵਿਚਾਰ ਰਹੇ ਹਾਂ ਸੋ ਮੈਂ ਰਿਕੁਐਸਟ ਕਰੂੰਗਾ ਆਪਣੇ ਸਾਰੇ ਕਾਲਰਸ ਨੂੰ ਸਾਰੇ ਦਰਸ਼ਕਾਂ ਨੂੰ ਕਿ ਇਸ ਮਸਲੇ 'ਤੇ ਜੋ ਵੀ ਵਿਚਾਰ ਤੁਸੀਂ ਸਾਂਝੇ ਕਰਨੇ ਚਾਹੋ ਜ਼ਰੂਰ ਸਾਂਝੇ ਕਰੋ ਬਾਕੀ ਮਸਲੇ ਅੱਜ ਆਪਾਂ ਨਾ ਵਿਚਾਰੀਏ ਕਿਉਂਕਿ ਕਈ ਦਿਨਾਂ ਤੋਂ ਆਪਾਂ ਇੰਟੋਲਰੈਂਸ ਜਾਂ ਸਦਭਾਵਨਾ ਜਾਂ ਹੋਰ ਗੱਲਾਂ ਜਿਹੜੀਆਂ ਵਾ ਉਹਨਾਂ 'ਤੇ ਆਪਾਂ ਵਿਚਾਰ ਵਟਾਂਦਰਾ ਕਰਦੇ ਰਹੇ ਇਹ ਮੀਡੀਆ ਦੀ ਆਜ਼ਾਦੀ ਦੀ ਗੱਲ ਆ ਮੀਡੀਆ ਦੀ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਆ ਸਾਡੀ ਸਾਰਿਆਂ ਦੀ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਹੈ ਸੋ ਮੇਰੇ ਖਿਆਲ ਇਸ ਇਹ ਮਸਲਾ ਬਹੁਤ ਅਹਿਮ ਆ ਆਪਾਂ ਅੱਜ ਦੀ ਡਿਬੇਟ ਜਿਹੜੀ ਆ
ਡਿਸਕਸ਼ਨ ਜਿਹੜੀ ਆ ਇਸੇ ਦੇ ਉੱਤੇ ਹੀ ਸੀਮਿਤ ਰੱਖੀ ਹੈ। ਦੇਖਦੇ ਹਾਂ ਅਗਲੇ ਸੱਜਣ ਕੀ ਕਹਿਣਾ ਚਾਹੁੰਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਜੋਧਬੀਰ ਸਿੰਘ ਬੋਲ ਰਿਹਾ ਜੀ ਇੱਥੋਂ ਕੈਲੀਫੋਰਨੀਆ ਤੋਂ, ਤੇ ਰਘਵੀਰ ਸਿੰਘ ਦਾ ਮੈਂ ਕੋਈ ਨਜ਼ਦੀਕੀ ਸਾਥੀ ਕਹਿ ਸਕਦੇ ਹੋ। ਹਾਂਜੀ ਹਾਂਜੀ, ਜੋਧਬੀਰ ਸਿੰਘ ਜੀ ਮੇਰੇ ਖਿਆਲ ਤੁਹਾਡੇ ਵੀ ਕੋਈ ਪ੍ਰੋਬਲਮ ਤੁਹਾਨੂੰ ਵੀ ਆਈ ਹੈ ਮੇਰੇ ਖਿਆਲ ਆ। ਹਾਂਜੀ ਜੀ, ਸ਼ੁਰੂਆਤ ਵੈਸੇ ਮੇਰੇ ਤੋਂ ਹੋਈ ਸੀ ਜੀ, ਮੇਰੇ ਪਰਿਵਾਰ ਤੋਂ। ਥੋੜਾ ਜਿਹਾ ਦੱਸੋਗੇ ਕੀ ਪ੍ਰੋਬਲਮ ਸੀਗੀ, ਕਿਉਂਕਿ ਮੈਨੂੰ ਪੂਰੀ ਤੁਹਾਡੇ ਜੋ ਤੁਹਾਡੇ ਨਾਲ ਹੋਇਆ ਵਾ ਉਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ ਹੈ। ਠੀਕ ਹੈ, ਤੇ ਇਹ ਸੰਧੂ ਸਾਹਿਬ ਐਕਚੁਅਲੀ ਇੰਨਾ ਕੁ ਮਾਣ ਆ ਇਸ ਚੀਜ਼ ਦਾ ਕਿ ਅੱਜ ਤੋਂ ਚਾਰ ਕੁ ਸਾਲ ਪਹਿਲਾਂ, ਸਾਢੇ ਤਿੰਨ ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਸਭ ਤੋਂ ਪਹਿਲਾਂ ਇੱਕ ਮੈਂ ਵੀਡੀਓ ਪਾਈ ਸੀ, ਅੱਜ ਆਖਾਂ ਬਾਦਲ ਸਾਹਿਬ ਨੂੰ ਉੱਠ ਤੱਕ ਆਪਣਾ ਪੰਜਾਬ, ਹਰ ਸ਼ਹਿਰ 'ਚ ਨਸ਼ਾ ਵੇਖਦਾ, ਪਿੰਡ ਪਿੰਡ ਵਿੱਚ ਬਣੇ ਸ਼ਰਾਬ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਮੇਰਾ ਤੇ ਰਘਵੀਰ ਦਾ ਸਾਡਾ ਆਪਸ ਸੰਪਰਕ ਬਣਿਆ, ਸਾਨੂੰ ਵਧੀਆ ਚੀਜ਼ ਲੱਗੀ ਕਿ ਇੱਥੇ ਅਸੀਂ ਖੁੱਲ੍ਹ ਕੇ ਬੋਲ ਸਕਦੇ ਹਾਂ, ਸਾਨੂੰ ਇੱਕ ਵਧੀਆ ਉਹ ਲੋਕ ਜੁੜਦੇ ਜੁੜਦੇ ਬੜਾ ਲੰਮਾ ਕਾਫਲਾ ਹੋ ਗਿਆ। ਤੇ ਚਲੋ ਇਸ ਗੱਲ ਤੋਂ ਬਾਅਦ ਪਹਿਲਾਂ ਤਾਂ ਗੌਰਮੈਂਟ ਜਿਹੜੀ ਉਹ ਡਿਨਾਈ ਕਰਦੀ ਰਹੀ ਆ ਸਰਕਾਰ, ਤੋਤਾ ਸਿੰਘ ਹੋਣਾ ਨੇ ਵੀ ਇੱਥੇ ਕਹਿ ਦਿੱਤਾ ਸੀ ਕਿ ਵਿਹਲੇ ਲੋਕ ਫੇਸਬੁੱਕ ਤੇ ਲੱਗੇ ਨੇ ਜਿਹਨਾਂ ਨੂੰ ਕੋਈ ਕੰਮ ਨਹੀਂ ਆ, ਪਰ ਹੁਣ ਪਿੱਛੇ ਜੇ ਸਰਕਾਰ ਵੱਲੋਂ ਕਰੋੜਾਂ ਰੁਪਇਆ ਖਰਚ ਕੇ ਕਬਜ਼ਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਮੈਂ ਇੱਥੇ ਇੱਕ ਮਤਲਬ ਤੁਹਾਡਾ ਇੱਕ ਵਿਚਾਰ ਜਾਣਨਾ ਚਾਹੁੰਦਾ ਕਿ ਜਿਹੜਾ ਸੁਖਬੀਰ ਬਾਦਲ ਹੋਣੀ ਇੱਕ ਇਹਨੂੰ ਕੋਈ ਸਿਆਣ ਵਾਲਾ ਮੈਂ ਸਟੈਪ ਨਹੀਂ ਕਹਿ ਸਕਦਾ, ਪਰ ਤੇਜ ਪੰਨੂ ਵਰਗੇ ਉਸ ਬੰਦੇ ਨੂੰ ਹੱਥ ਪਾਉਣਾ ਜਿਹਨੇ ਆਪਣੀ ਸਾਰੀ ਲਾਈਫ ਹੀ ਲੋਕਾਂ ਦੀ ਭਲਾਈ ਦੇ ਵਿੱਚ ਲਾ ਦਿੱਤੀ, ਚਾਹੇ ਡਰੱਗ ਦੀ ਲੜਾਈ ਹੋਵੇ, ਚਾਹੇ ਸੱਭਿਆਚਾਰਕ ਮਸਲਿਆਂ ਦੇ ਉੱਪਰ ਹੋਵੇ। ਪੰਨੂ ਸਾਹਿਬ ਨੂੰ ਅਸੀਂ ਪਹਿਲਾਂ ਤੁਹਾਨੂੰ ਵੀ ਬਹੁਤ ਫੋਲੋ ਕਰਦੇ ਰਹੇ ਹਾਂ, ਤੁਹਾਡੇ ਵੱਲ ਦੇਖ ਦੇਖ ਕੇ ਸਾਡੇ ਹੌਸਲੇ ਵਧੇ, ਪਰ ਆ ਜਿਹੜੀ ਸੁਖਬੀਰ ਬਾਦਲ ਹੋਣਾ ਨੇ ਅੱਗ ਦੇ ਉੱਪਰ ਤੇਲ ਪਾ ਕੇ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਤੇ ਨਾ ਕਿਤੇ ਇਹ ਕਿੱਧਰ ਨੂੰ ਲੈ ਕੇ ਜਾਏਗੀ ਪੰਜਾਬ ਨੂੰ। ਔਰ ਇੱਕ ਛੋਟਾ ਜਿਹਾ ਮੇਰਾ ਇੱਕ ਹੋਰ ਜਾਣਕਾਰੀ ਜਿਹੜੀ ਕਿ ਬਲਤੇਜ ਪੰਨੂ ਹੋਣਾ ਨੇ ਤਾਂ ਪਤਾ ਨੀ ਬਲਾਤਕਾਰ ਕੀਤਾ ਕਿ ਨਹੀਂ ਕੀਤਾ, ਜੋ ਕੁਝ ਉੱਥੇ ਜਿਹੜੀ ਸਾਰੀ ਸੈਟਿੰਗ ਹੋਈ ਆ, ਉੱਥੋਂ ਫਰੀਦਕੋਟ ਤੋਂ 6 ਮਹੀਨਿਆਂ ਤੋਂ ਜਾ ਕੇ ਜਿਹੜੇ ਉੱਥੇ ਬੰਦੇ ਬੈਠੇ ਸੀ ਉਹ ਸਭ ਕੁਝ ਸਾਹਮਣੇ ਆਊਗਾ। ਪਰ ਤੋਤਾ ਸਿੰਘ ਹੋਣਾ ਦੇ ਆਪਣੇ ਬੇਟਾ ਜਿਹੜਾ ਉਹਨਾਂ ਦਾ ਮੱਖਣ, ਜਿਹਨੇ ਇੱਕ ਸੈਕਸ ਸਕੈਂਡਲ ਕੀਤਾ ਸੀ ਮੋਗੇ ਦੇ ਵਿੱਚ ਔਰ CBI ਦੇ ਕੋਲ ਉਹ ਕੇਸ ਆ, ਉਸਦੇ ਬਾਰੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਕੋਈ ਐਕਸ਼ਨ ਲੈਣ ਦੀ ਲੋੜ ਆ ਜੀ। ਜੋਧਬੀਰ ਜੀ, ਮੈਂ ਇਹ ਤੁਸੀਂ ਜਿਹੜੇ ਮਸਲੇ ਰੇਜ਼ ਕੀਤੇ ਮੈਂ ਡੈਫੀਨੇਟਲੀ ਇਸ ਸ਼ੋਅ ਦੇ ਵਿੱਚ ਅੱਜ ਰੇਜ਼ ਕਰੂੰਗਾ। ਮੈਨੂੰ ਆਪਣੇ ਬਾਰੇ ਜ਼ਰਾ ਦੱਸੋਗੇ ਕਿ ਤੁਹਾਡੇ ਪਰਿਵਾਰ ਦੇ ਮੈਂਬਰਾਂ ਨਾਲ ਕੀ ਹੋਇਆ? ਮੇਰੇ ਆਪਣੇ ਸੰਧੂ ਸਾਹਿਬ, ਮੇਰੇ ਫਾਦਰ ਸਾਹਿਬ ਨੂੰ ਤੇ ਮੇਰੇ ਬ੍ਰਦਰ ਨੂੰ ਪਹਿਲਾਂ ਜਿਹੜਾ ਲੋਕਲ ਥਾਣਾ ਸਾਡਾ ਹਲਕਾ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਜੀ, ਤੇ ਉੱਥੇ ਪਹਿਲਾਂ ਨੇ ਜਿਹੜੇ SHO ਆਏ ਨੇ ਉਹਨਾਂ ਦੇ ਨਾਲ ਮੁਲਾਜ਼ਮ, ਤੇ ਮੇਰੇ ਸਾਰੇ ਪਰਿਵਾਰ ਦੀ ਔਰ ਕਿੱਥੇ ਮੇਰੇ ਰਿਸ਼ਤੇਦਾਰ ਨੇ, ਕਿੱਥੇ ਮੇਰੀਆਂ ਸਿਸਟਰਸ ਦੀ ਮੈਰਿਜ ਹੋਈ, ਉਹ ਸਾਰੀ ਡਿਟੇਲ ਲਿਖ ਕੇ ਲੈ ਗਏ। ਔਰ ਉਸ ਤੋਂ ਇੱਕ ਵੀਕ ਬਾਅਦ ਜਿਹੜਾ ਉਹ SHO ਮੈਸੇਜ ਦੇ ਗਿਆ ਕਿ ਤੁਹਾਨੂੰ SSP ਤਰਨ ਤਾਰਨ ਜਿਹੜਾ ਉਹ ਪੇਸ਼ ਹੋਣ ਵਾਸਤੇ ਕਿਹਾ। ਅੱਛਾ, ਸੋ ਪਰਿਵਾਰ ਕਿਹਾ ਨਾਲ ਕੁਝ ਮੋਹਤਬਾਰ ਬੰਦੇ ਗਏ ਨੇ ਉੱਥੋਂ ਕਿ ਜਿਹੜੇ ਕੁਝ ਕਿਸਾਨ ਯੂਨੀਅਨ ਵਾਲੇ, ਔਰ SSP ਨੇ ਕਿਹਾ ਕਿ ਜਿਹੜਾ ਤੁਹਾਡੇ ਮੁੱਦੇ ਆ ਇਹ ਉੱਥੋਂ ਭੜਕਾਊ ਮਤਲਬ ਭੜਕਾਹਟ ਪੈਦਾ ਕਰਦੇ ਨੇ ਪੰਜਾਬ ਦੇ ਵਿੱਚ, ਔਰ ਇੱਥੇ ਅਸੀਂ ਫਲਾਣੇ ਫਲਾਣੇ ਮਤਲਬ ਕਾਫੀ ਜਿੱਦਾਂ ਮਾਪਿਆਂ ਨੂੰ ਜਿਹੜੇ ਪੁਲਿਸ ਆਪਣੇ ਤਰੀਕੇ ਵਰਤਦੀ ਹੁੰਦੀ ਡਰਾਉਣ ਵਾਲੇ, ਸਪੈਸ਼ਲ ਐਕਟ ਦੇ ਤਹਿਤ ਅਸੀਂ ਇੱਥੇ ਬੁਲਾ ਲਾਂਗੇ, ਲਾਈਕ ਦਿਸ ਕਾਫੀ ਤੰਗ ਕੀਤਾ। ਪਰ ਉਸ ਤੋਂ ਬਾਅਦ ਜਿਹੜਾ ਵਾ ਉਸ ਤੋਂ ਬਾਅਦ ਭਰੋਵਾਲ ਦੇ ਪਰਿਵਾਰ ਵੱਲ ਹੋ ਗਈ। ਓਕੇ ਜੋਧਬੀਰ ਜੀ, ਬਹੁਤ ਬਹੁਤ ਧੰਨਵਾਦ ਇਸ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਮੈਂ ਇੱਥੇ ਇਹ ਜ਼ਰੂਰ ਕਹਿਣਾ ਚਾਹੁੰਦਾ ਵਾਂ ਕਿ ਸੁਪਰੀਮ ਕੋਰਟ ਨੇ ਪਿੱਛੇ ਜੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀ ਇੱਕ ਜਿਹੜੀ ਧਾਰਾ ਸੀ 66A, ਉਹਨੂੰ ਉਹਨਾਂ ਨੇ ਰੱਦ ਕਰਤਾ। ਉਹਨਾਂ ਨੂੰ ਲੱਗਾ ਕਿ ਇਹ ਫਰੀਡਮ ਆਫ ਐਕਸਪ੍ਰੈਸ਼ਨ ਨਾਲ ਕਲੈਸ਼ ਕਰਦੀ ਹੈ, ਔਰ ਫਰੀਡਮ ਆਫ ਐਕਸਪ੍ਰੈਸ਼ਨ ਸਾਡੇ ਸੰਵਿਧਾਨ ਦੇ ਵਿੱਚ ਹਰ ਬੰਦੇ ਨੂੰ ਉਹਦੀ ਰਾਈਟ ਹੈ। ਸੋ ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਨੂੰ ਵੀ ਇਹ ਚਾਹੀਦਾ ਵਾ ਕਿ ਅਸਹਿਮਤੀ ਡਾਈਸੈਂਟ ਉਹਨੂੰ, ਉਹ ਇੱਕ ਲੋਕਤੰਤਰ ਦਾ ਹਿੱਸਾ ਵਾ, ਉਹਨੂੰ ਐਕਸੈਪਟ ਕਰਨ। ਜੇ ਸੋਸ਼ਲ ਮੀਡੀਆ 'ਤੇ ਸਰਕਾਰ ਦੀ ਆਲੋਚਨਾ ਹੋ ਰਹੀ ਆ ਤਾਂ ਸੋਸ਼ਲ ਮੀਡੀਆ 'ਤੇ ਹੀ ਉਹਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਨ, ਆਪਣੀ ਪ੍ਰੈਜੈਂਸ ਵਧਾਉਣ। ਜੇ ਲੋਕ ਕੋਈ ਸਵਾਲ ਰੇਜ਼ ਕਰ ਰਹੇ, ਜਿਵੇਂ ਆ ਭਾਈ ਸਾਹਿਬ ਨੇ ਜੋਧਬੀਰ ਨੇ ਸਵਾਲ ਰੇਜ਼ ਕੀਤਾ ਕਿ ਤੋਤਾ ਸਿੰਘ ਦਾ ਬੇਟਾ ਜਾਂ ਤੋਤਾ ਸਿੰਘ ਦਾ ਪਰਿਵਾਰ ਜੇ ਇੱਕ ਸਕੈਂਡਲ ਦੇ 'ਚ ਫਸਿਆ ਸੀ, ਉਹਦੇ 'ਚ ਉਹਦੇ 'ਤੇ ਹਕੀਕਤ ਕੀ ਆ? ਦੇਖੋ, ਉਹਦੇ 'ਤੇ ਜੇ ਤੁਹਾਨੂੰ ਲੱਗਦਾ ਵਾ ਵੀ ਲੋਕਾਂ ਨੂੰ ਗਲਤ ਫਹਿਮੀ ਆ ਕੋਈ, ਤਾਂ ਉਹਨਾਂ ਨੂੰ ਦੱਸੋ ਵੀ ਆਹ ਗਲਤ ਫਹਿਮੀ ਆ ਜੀ, ਤੁਹਾਨੂੰ ਅਸਲੀਅਤ ਆ ਵਾ, ਅਸੀਂ ਆਹ ਕਦਮ ਚੁੱਕੇ ਆ, ਔਰ ਜੇ ਤੁਸੀਂ ਕਦਮ ਨਹੀਂ ਚੁੱਕੇ ਤਾਂ ਫਿਰ ਕਦਮ ਚੁੱਕੋ। ਸੋ ਮੇਰਾ ਖਿਆਲ ਹੈ ਇਹਦੇ 'ਤੇ ਪਾਰਦਰਸ਼ਤਾ ਦੀ ਬਹੁਤ ਜ਼ਿਆਦਾ ਲੋੜ ਆ, ਔਰ ਇਸ ਚੀਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਤੁਸੀਂ ਇੱਕ ਵਾਰੀ ਦਬਾ ਲਓਗੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਤੁਸੀਂ ਕੁਝ ਇਹੋ ਜਿਹੇ ਹੋ ਸਕਦੇ ਜਿਹਨਾਂ ਦੇ ਰਿਸ਼ਤੇਦਾਰ ਤਾਂ ਹੈ ਹੀ ਨਹੀਂ, ਉਹਦੀ ਆਲੋਚਨਾ ਦੀ ਤੁਸੀਂ ਕੀ ਕਰੋਗੇ?
ਇਹਨਾਂ ਪਰਿਵਾਰ ਇਹਨਾਂ ਐਨ ਆਰ ਆਈ ਦੇ ਪਰਿਵਾਰ ਇੱਥੇ ਹੈਗੇ ਆ, ਤੁਸੀਂ ਉਹਨਾਂ ਨੂੰ ਦਬਾ ਲਓਗੇ, ਬਹੁਤ ਸਾਰੇ ਐਨ ਆਰ ਆਈ ਇਹੋ ਜਿਹੇ ਹੋਣਗੇ ਜਿਹੜੇ ਬਾਹਰ ਵੱਸਦੇ, ਜਿਹਨਾਂ ਦੇ ਪਰਿਵਾਰ ਇੱਥੇ ਹੈ ਨਹੀਂ, ਉਹ ਉੱਥੇ ਸੋਸ਼ਲ ਮੀਡੀਆ 'ਤੇ ਐਕਟਿਵ ਹੋਣਗੇ, ਉਹਨਾਂ ਨੂੰ ਕੀ ਕਰੋਗੇ ਤੁਸੀਂ? ਸੋ ਮੇਰਾ ਖਿਆਲ ਆ ਇਹ ਜਿਹੜੇ ਸਟੈਪਸ ਆ ਇਹ ਰੈਟ੍ਰੋਗ੍ਰੇਡ ਸਟੈਪਸ ਆ, ਇਹਨਾਂ ਦਾ ਨੁਕਸਾਨ ਜ਼ਿਆਦਾ ਹੁੰਦਾ। ਬਾਕੀ ਮੈਂ ਜਿਵੇਂ ਅੱਗੇ ਕਿਹਾ ਵਾ, ਮੈਂ ਫਿਰ ਦੁਹਰਾਉਣਾ ਚਾਹੁੰਦਾ ਵਾਂ ਕਿ ਜੇ ਪੰਨੂ ਸਾਹਿਬ ਦੇ ਖਿਲਾਫ਼, ਬਲਤੇਜ ਪੰਨੂ ਦੇ ਖਿਲਾਫ਼ ਕੋਈ ਸ਼ਿਕਾਇਤ ਸੀ, ਡੈਫੀਨੇਟਲੀ ਉਹ 'ਤੇ ਐਕਸ਼ਨ ਹੋਣਾ ਚਾਹੀਦਾ ਸੀ, ਪਰ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਹੋਣਾ ਚਾਹੀਦਾ। ਇਹ ਸ਼ਿਕਾਇਤ ਪਿਛਲੀ ਰਾਤ ਦੀ, ਪਿਛਲੇ ਰਾਤ ਦਾ ਵਾਕਿਆ ਨਹੀਂ ਸੀ ਜਾਂ ਸਵੇਰ ਦਾ ਵਾਕਿਆ ਨਹੀਂ ਸੀ ਵੀ ਉਹਦੇ 'ਚ ਕੋਈ ਮੈਡੀਕਲ ਕਰਵਾਉਣ ਦੀ ਲੋੜ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਫਰਾਰ ਹੋ ਜਾਣਗੇ, ਸਬੂਤ ਜਿਹੜੇ ਆ ਉਹ ਡਿਸਟਰੋਏ ਕਰ ਦੇਣਗੇ। ਇਹਦੇ 'ਤੇ ਡੈਫੀਨੇਟਲੀ ਉਹਨੂੰ ਬੁਲਾਇਆ ਜਾ ਸਕਦਾ ਸੀ, ਪੁਰਾਣੀ ਗੱਲ ਆ, ਉਹ ਅਗਲੇ ਦਿਨ ਆ ਕੇ ਆਪਣੀ 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 ਦਲੀਲ ਪੇਸ਼ ਕਰ ਦਿੰਦੇ ਆ ਪੁਲਿਸ ਦੇ ਅੱਗੇ। ਸੋ ਮੇਰਾ ਖਿਆਲ ਆ ਇਹਦੇ ਕਰਕੇ ਜਿਸ ਤਰ੍ਹਾਂ ਇਹ ਸਾਰਾ ਵਾਕਿਆ ਹੋਇਆ ਉਹਦੇ ਕਰਕੇ ਇੰਝ ਲੱਗ ਰਿਹਾ ਵਾ ਵੀ ਸ਼ਾਇਦ ਕੁਝ ਲੋਕ ਜਿਹੜੇ ਕ੍ਰਿਟੀਸਾਈਜ਼ ਕਰ ਰਹੇ ਆ ਉਹਨਾਂ ਵਾਸਤੇ ਕਾਨੂੰਨ ਵੱਖਰਾ ਵਾ ਔਰ ਆਮ ਲੋਕਾਂ ਵਾਸਤੇ ਕਾਨੂੰਨ ਹੋ ਰਿਹਾ, ਔਰ ਜਿਹੜੇ ਤੁਹਾਡੇ ਆਪਣੇ ਚਹੇਤੇ ਆ ਉਹਨਾਂ ਵਾਸਤੇ ਜਿਹੜਾ ਵਾ ਉਹ ਕਾਨੂੰਨ ਐਗਜ਼ਿਸਟ ਹੀ ਨਹੀਂ ਕਰਦਾ। ਇਹ ਇੱਕ ਫੀਲਿੰਗ ਆ ਰਹੀ ਆ। ਸੋ ਮੈਂ ਇੱਥੇ ਸਰਕਾਰ ਦੇ ਨੁਮਾਇੰਦਿਆਂ ਨੂੰ, ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਇਹਦੇ 'ਤੇ ਪਾਰਦਰਸ਼ਤਾ ਲਿਆਈਏ। ਜੇ ਤੁਸੀਂ ਲੋਕਾਂ ਦੇ ਵਿੱਚ ਵਿਚਰਨਾ ਵਾ, ਲੋਕਾਂ 'ਚ ਵਾਕਈ ਤੁਸੀਂ ਲੋਕਾਂ ਦੇ ਲੋਕਪ੍ਰਿਯ ਬਣਨਾ ਵਾ, ਅਤੇ ਮੇਰਾ ਖਿਆਲ ਹੈ ਆਪਣਾ ਜਿਹੜਾ ਰਵੱਈਆ ਵਾ ਉਹ ਬਦਲਣਾ ਪਊਗਾ। ਇਸ ਰਵੱਈਏ ਦੇ ਨਾਲ ਆਲੋਚਨਾ ਹੋਰ ਹੋਊਗੀ ਔਰ ਇਹੋ ਜਿਹੀ ਆਲੋਚਨਾ ਵੀ ਹੋਊਗੀ ਜਿਹਨੂੰ ਤੁਸੀਂ ਬਹੁਤਾ ਚੈੱਕ ਵੀ ਨਹੀਂ ਕਰ ਸਕਦੇ। ਰੂਲ ਆਫ ਲਾਅ ਜਿਹੜਾ ਵਾ ਉਹ ਸਿਰਫ ਚੰਗੇ ਵੇਲਿਆਂ ਵਾਸਤੇ ਨਹੀਂ ਹੁੰਦਾ, ਉਹ ਔਖੇ ਵੇਲੇ ਵਾਸਤੇ ਵੀ ਹੁੰਦਾ। ਰੂਲ ਆਫ ਲਾਅ ਦਾ ਅਸਲੀ ਟੈਸਟ ਜਿਹੜਾ ਵਾ ਉਹ ਔਖੇ ਵੇਲਿਆਂ ਦੇ ਵਿੱਚ ਹੀ ਹੁੰਦਾ, ਚੰਗੇ ਵੇਲਿਆਂ ਦੇ ਵਿੱਚ ਤਾਂ ਸਭ ਕੁਝ ਠੀਕ ਠਾਕ ਹੁੰਦਾ। ਦੇਖਦੇ ਹਾਂ ਸਾਡੇ ਅਗਲੇ ਸੱਜਣ ਜਿਹੜੇ ਆ ਉਹ ਕੀ ਬਿਆਨ ਕਰਨਾ ਚਾਹੁੰਦੇ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ, ਹਾਂਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਚਰਨ ਸਿੰਘ ਪ੍ਰੇਮਪਰਾ ਵੱਲੋਂ ਗੁਰੂ ਫਤਿਹ। ਚਰਨ ਸਿੰਘ ਜੀ ਸਤਿ ਸ਼੍ਰੀ ਅਕਾਲ, ਦੱਸੋ ਕੀ ਵਿਚਾਰ ਨੇ ਤੁਹਾਡੇ? ਵਿਚਾਰ ਸੰਧੂ ਸਾਹਿਬ, ਪਹਿਲਾਂ ਤਾਂ ਤੁਹਾਨੂੰ ਸਲੂਟ ਮਾਰਨੇ ਆ, ਜੋ ਤੁਸੀਂ ਬੜੀ ਸੂਝਬੂਝ ਨਾਲ ਦੁਨੀਆ ਨੂੰ ਜੋ ਪੰਜਾਬ ਵਿੱਚ ਵਾਪਰ ਰਿਹਾ ਉਹਦੀ ਜਾਣਕਾਰੀ ਦੇ ਰਹੇ ਹੋ, ਤੁਸੀਂ ਧੰਨਤਾ ਦੇ ਪਾਤਰ ਹੋ। ਮਿਹਰਬਾਨੀ ਜੀ, ਮਿਹਰਬਾਨੀ ਭਾਈ ਸਾਹਿਬ। ਬਾਕੀ ਜਿਹੜਾ ਮੀਡੀਆ ਹੈ ਇਹ ਸੰਸਾਰ ਦਾ, ਪੂਰੀ ਦੁਨੀਆ ਦਾ ਚੌਥਾ ਥੰਮ ਹੈ ਜੀ। ਕੋਈ ਬੰਦਾ ਵੀ ਪੂਰਾ ਹੋ ਜਾਣਾ ਤੇ ਉਹਨੂੰ ਚਾਰ ਜਣੇ ਚੌ ਪਾਸੇ ਚੁੱਕ ਕੇ ਲਿਜਾਂਦੇ ਨੇ, ਤੀਸਰਾ ਬੰਦਾ ਜੋ ਆਪਣਾ ਮੋਢਾ ਕੱਢ ਲੈ ਤੇ ਉਹ ਅੱਥੀ ਵੀ ਨਹੀਂ ਸ਼ਮਸ਼ਾਨ ਘਾਟ ਤੱਕ ਪਹੁੰਚ ਸਕਦੀ ਜੀ। ਤੇ ਤੁਸੀਂ ਸਰਕਾਰ ਚਲਾਣੀ ਹੈ ਤੇ ਚੌਥਾ ਥੰਮ ਡੇਗ ਕੇ ਕਿੱਦਾਂ ਚਲਾ ਲਓਗੇ ਜੀ? ਬਿਲਕੁਲ ਠੀਕ ਹੈ, ਇਹੋ ਹੀ ਮੀਡੀਆ ਜਿਹੜਾ ਤੁਹਾਡੀ ਜਦੋਂ ਸਿਫਤ ਕਰਦਾ ਉਦੋਂ ਤੁਸੀਂ ਫੁੱਲੇ ਨਹੀਂ ਸਮਾਉਂਦੇ, ਤੇ ਕੋਈ ਲੋਚਨਾ ਕਰਦਾ ਉਦੋਂ ਲੋਚਨਾ ਦਾ ਰੀਜਨ ਲੱਭੋ ਵੀ ਸਾਡੀ ਬਦਨਾਮੀ ਜਾਂ ਮੈਨੂੰ ਕੋਈ ਮਾੜਾ ਕਹਿ ਰਿਹਾ, ਕਿਹੜੀ ਗੱਲੋਂ ਕਹਿ ਰਿਹਾ, ਨਾ ਕਿ ਉਹਨੂੰ ਮੈਂ ਮਾਰਨ ਤੱਕ ਅੰਦਰ ਕਰਨ ਤੱਕ ਉਹਦੇ ਰਿਸ਼ਤੇਦਾਰਾਂ ਨੂੰ ਤੰਗ ਕਰਨ, ਇਹ ਤੇ ਸਰਕਾਰ ਦਾ ਤੇ ਕੰਮ ਨਹੀਂ, ਕੋਈ ਜ਼ਿੰਮੇਵਾਰ ਬੰਦਾ ਤੇ ਨਹੀਂ ਇਵੇਂ ਦਾ ਕੰਮ ਕਰ ਸਕਦਾ। ਬਿਲਕੁਲ, ਬਹੁਤ ਚੰਗਾ ਐਗਜ਼ਾਮਪਲ ਦਿੱਤਾ ਜੀ ਵੀ ਫੋਰਥ ਪਿੱਲਰ ਨੂੰ, ਜੇ ਚਾਰ ਥੰਮ ਆ ਤੇ ਇੱਕ ਪਿੱਲਰ ਡਿੱਗ ਜੇ ਤੇ ਉਹ ਸਾਰਾ ਹੀ ਕੰਮ ਡਾਵਾਂਡੋਲ ਹੋ ਜਾਂਦਾ। ਸੋ ਇਸ ਕਰਕੇ ਤੁਸੀਂ ਯੂਨੀਵਰਸਿਟੀ ਉਦਾਹਰਨ ਦਿੱਤੀ ਵੀ ਇੱਕ ਸ਼ਮਸ਼ਾਨ ਘਾਟ ਵਿੱਚ ਬੰਦਾ ਲਿਜਾਣਾ ਹੋਵੇ ਤੇ ਉਹ ਚਾਰ ਬੰਦੇ ਚਾਹੀਦੇ ਨੇ, ਤੇ ਇਹ ਤਾਂ ਪੂਰਾ ਤੁਸੀਂ ਸਿਸਟਮ ਨੂੰ ਚਲਾਉਣਾ। ਬਿਲਕੁਲ ਠੀਕ ਆ, ਬਿਲਕੁਲ ਠੀਕ ਹੈ, ਤੁਸੀਂ ਆਪਣਾ ਸਿਸਟਮ ਆਪ ਦੇ। ਮੇਰੇ ਖਿਆਲ ਆਲੋਚਨਾ ਬਹੁਤ ਜ਼ਿੰਦਗੀ ਦੇ ਵਿੱਚ ਰੋਜ਼ਮਰਾ ਜ਼ਿੰਦਗੀ 'ਚ ਲੱਗਦਾ ਤਾਂ ਬੁਰਾ ਵਾ ਕਈ ਵਾਰ ਜਦੋਂ ਕੋਈ ਕਿਸੇ ਨੂੰ ਕਹਿੰਦਾ ਵਾ ਵੀ ਤੁਸੀਂ ਆਹ ਕੀ ਕਰ ਰਹੇ ਜੇ, ਪਰ ਉਹਨੂੰ ਜੇ ਚੰਗੀ ਤਰ੍ਹਾਂ ਸੋਚੀਏ ਤੇ ਅਸੀਂ ਜੇ ਆਲੋਚਨਾ ਸਾਡੀ ਨਾ ਹੁੰਦੀ ਤੇ ਅਸੀਂ ਇੱਕ ਜਿਹੋ ਜਿਹੇ ਇਨਸਾਨ ਬਣੇ ਆ ਸਾਰੇ, ਉਹ ਸ਼ਾਇਦ ਬਣਦੇ ਹੀ ਨਾ। ਪਰਿਵਾਰ ਦੇ ਵਿੱਚ ਵੀ ਇੱਕ ਦੂਜੇ ਦੀ ਕਰਦੇ ਆਲੋਚਨਾ। ਬਿਲਕੁਲ, ਪਰਿਵਾਰ ਦੇ ਵਿੱਚ ਵੀ ਮੈਂ ਇਹ ਭਾਈ ਸਾਹਿਬ ਕਹਿਣਾ ਚਾਹੁੰਦਾ ਕਿ ਪਰਿਵਾਰ ਦੇ ਵਿੱਚ ਵੀ ਜਦੋਂ ਬੱਚੇ ਨੂੰ ਜੇ ਆਪਾਂ ਡਾਂਟੀਏ ਨਾ, ਬੱਚੇ ਨੂੰ ਬੁਰਾ ਲੱਗਦਾ ਉਸ ਵੇਲੇ, ਪਰ ਡਾਂਟੀਏ ਨਾ ਤੇ ਬੱਚੇ ਦੀ ਚੰਗੀ ਤਰ੍ਹਾਂ ਪਰਵਰਿਸ਼ ਵੀ ਨਹੀਂ ਹੁੰਦੀ। ਸੋ ਇਸ ਕਰਕੇ ਮੇਰੇ ਖਿਆਲ ਆਲੋਚਨਾ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ, ਆਲੋਚਨਾ ਨੂੰ ਸਿਰ ਮੱਥੇ ਮੰਨ ਕੇ ਅੱਗੇ ਚੱਲਣਾ ਚਾਹੀਦਾ ਵਾ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਦੇਖਦੇ ਹਾਂ ਸਾਡੇ ਅਗਲੇ ਸੱਜਣ ਜਿਹੜੇ ਆ ਉਹ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ, ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਪ੍ਰਗਟ ਜੀ, ਸਤਿ ਸ਼੍ਰੀ ਅਕਾਲ। ਧਾਰਮਿਕ, ਰਾਜਨੀਤਿਕ, ਆਰਥਿਕ ਤੇ ਸਮਾਜਿਕ ਜੀ ਜੀ। ਤੁਸੀਂ ਵੇਖੋ ਸੈਂਟਰ ਚ ਵੀ ਸਾਰੇ ਜਿਹੜੇ ਰਾਈਟਰ ਆ ਉਹ ਆਪਣੇ ਵਾਰਡ ਵਾਪਸ ਕਰੀ ਜਾਣ ਡੇ ਆ, ਉਹਨਾਂ ਦੀ ਸਕੀਮ ਇਹੋ, ਇਹਨਾਂ ਵੀ ਉਹ ਲਾਗੂ ਕਰ ਲਈ, ਕੋਈ ਬਹੁਤਾ ਫਰਕ ਨਹੀਂ ਪਿਆ ਜੀ ਜੀ ਜੀ। ਤੇ ਜਦੋਂ ਸਮਝ ਲਓ ਵੀ ਐਮਰਜੈਂਸੀ ਲਾਈ ਸ੍ਰੀਮਤੀ ਇੰਦਰਾ ਗਾਂਧੀ ਜੀ ਨੇ, ਉਹਨੇ ਵੀ ਇਹੋ ਸੋਚ ਕੇ ਲਾਈ ਸੀ ਵੀ ਮੈਂ ਸਾਰੀ ਦੁਨੀਆ ਨੂੰ ਜਿੱਤ ਲੈਣਾ, ਪਰ ਵੇਖ ਲਓ ਕਿੱਦਾਂ ਬੁਰੀ ਤਰ੍ਹਾਂ ਹਾਰ ਹੋਈ ਜੀ। ਬਿਲਕੁਲ, ਲੋਕਾਂ ਨੂੰ ਨਾਲ ਪ੍ਰਗਟ ਜੀ ਮੈਂ ਮੰਨਦਾ ਤੁਹਾਡਾ, ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪਊ। ਰਾਜਨੀਤਿਕ, ਧਾਰਮਿਕ ਕੋਈ ਆਪਣਾ ਕੰਮ ਖਰਾਬ ਹੁੰਦਾ ਵਾ ਉਹਨੂੰ ਸੋਧ ਕਰਨੀ ਪੈਂਦੀ ਹੈ ਕਿ ਨਾ ਕਿ ਉਹਨੂੰ ਢਾ ਦਿੱਤਾ ਜਾਵੇ। ਬਿਲਕੁਲ ਪ੍ਰਗਟ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ।
ਔਰ ਅਸੀਂ ਆਸ ਕਰਦੇ ਹਾਂ ਵੀ ਸਰਕਾਰ ਆਪਣੀਆਂ ਨੀਤੀਆਂ ਬਦਲੂਗੀ, ਇਨਫੈਕਟ ਉਹਨਾਂ ਨੂੰ ਢਾਉਣ ਦੀ ਬਜਾਏ ਉਹਨਾਂ ਨੂੰ ਅੰਦਰ ਕਰਨ ਦੀ ਬਜਾਏ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ, ਜਿਹੜੀ ਗੱਲ ਉਹਨਾਂ ਦੀ ਮੰਨਣ ਵਾਲੀ ਆ ਉਹਨੂੰ ਮੰਨ ਕੇ, ਦੇਖੋ ਇਸ ਤਰ੍ਹਾਂ ਹੀ ਲੋਕਤੰਤਰ ਜਿਹੜਾ ਵਾ ਉਹ ਵੱਧਦਾ ਅਤੇ ਫੁੱਲਦਾ ਵਾ। ਬਹੁਤ ਧੰਨਵਾਦ ਪ੍ਰਗਟ ਜੀ, ਦੇਖਦੇ ਹਾਂ ਸਾਡੇ ਅਗਲੇ ਸੱਜਣ ਜਿਹੜੇ ਆ ਉਹ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ, ਗੁਰਚਰਨ ਬੋਲਦੀ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁਰਚਰਨ ਕੌਰ ਜੀ, ਦੱਸੋ ਤੁਹਾਡਾ ਕੀ ਵਿਊ ਪੁਆਇੰਟ ਹੈ। ਹਾਂਜੀ ਵੀਰ ਜੀ, ਮੇਰਾ ਵਿਊ ਪੁਆਇੰਟ ਆ ਵੀ ਹੁਣ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵੱਡੀਆਂ ਹੋਈਆਂ, ਉੱਧਰ ਕੈਪਟਨ ਸਾਹਿਬ ਆ ਗਏ, ਮੈਨੂੰ ਲੱਗਦਾ ਸੁਖਬੀਰ ਬਾਦਲ ਦੇ ਮਨ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਬਣਿਆ ਹੋਇਆ ਜੀ, ਅਤੇ ਇਸ ਲਈ ਉਹ ਹਰ ਹੀਲਾ ਵਰਤ ਕੇ ਜਨਤਾ ਨੂੰ ਰੋਬ ਪਾ ਕੇ ਅੰਦਰੀ ਜੇਲ੍ਹਾਂ 'ਚ ਡੱਕ ਕੇ ਆਪਦਾ ਪ੍ਰੈਸ਼ਰ ਬਣਾਉਂਦੇ ਆ। ਪੰਜਾਬੀ ਦੀ ਕਹਾਵਤ ਆ, ਜਿਹੜੀ ਵਾਲ ਹੁੰਦੀ ਆ ਜਿੰਨਾ ਆਪਾਂ ਉਹਨਾਂ ਨੂੰ ਦਵਾਵਾਂਗੇ ਜਦੋਂ ਛੱਡਾਂਗੇ ਉਨੀ ਉੱਚੀ ਬੁੜਕਦੀ ਆ। ਗੁਰਚਰਨ ਕੌਰ ਜੀ, ਮੈਂ ਮੰਨਦਾ ਵਾਂ ਵੀ ਪ੍ਰੈਸ਼ਰ ਬੜਾ ਉਹਨਾਂ 'ਤੇ, ਪਰ ਇਹ ਪ੍ਰੈਸ਼ਰ ਸਾਡੇ ਮੀਡੀਆ 'ਤੇ ਨਾ ਕੱਢੋ ਤੁਸੀਂ, ਸੋਸ਼ਲ ਮੀਡੀਆ 'ਤੇ। ਆਫਟਰ ਆਲ ਮੀਡੀਆ ਕੋਲ ਤਾਂ ਇੱਕ ਕੰਪਿਊਟਰ ਹੁੰਦਾ ਜਾਂ ਇੱਕ ਪੈੱਨ ਹੁੰਦਾ ਵਾ, ਹੁਣ ਪੈੱਨ ਕਿੰਨਾ ਕੁ ਨੁਕਸਾਨ ਕਿਸੇ ਦਾ ਕਰ ਸਕਦਾ? ਪੈੱਨ ਜਿਹੜਾ ਵਾ ਉਹ ਤਾਂ ਕੋਈ ਉਹਦੇ ਨਾਲ ਚੰਗੀ ਤਾਂ ਆਪਾਂ ਨਹੀਂ, ਵੀ ਚਾਹੀਦਾ ਨਹੀਂ ਉਹਨਾਂ ਨੂੰ ਹੱਲ ਕਰਨੇ ਚਾਹੀਦੇ, ਆਪਾਂ ਹੱਲ ਕਰਨ ਦੀ ਬਜਾਏ ਉਹ ਇਸ ਢੰਗ ਇਹ ਢੰਗ ਉਹਨਾਂ ਨੂੰ ਵਧੀਆ ਲੱਗਦਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਕੀ ਕਰੀ ਜਾਂਦੇ ਆ। ਜੀ 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 ਜੀ, ਗੁਰਚਰਨ ਕੌਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਇੱਕ ਹੋਰ ਕਾਲ ਮੈਂ ਲੈ ਕੇ ਫਿਰ ਅਸੀਂ ਥੋੜ੍ਹੀ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਸਮੀਪ ਸਿੰਘ ਬੋਲ ਰਿਹਾ ਜੀ, ਡੇਟਨ ਤੋਂ। ਹਾਂਜੀ ਹਾਂਜੀ ਸਮੀਪ ਜੀ, ਐਕਚੁਅਲੀ ਮੈਂ ਹੁਣ ਥੋੜ੍ਹੀ ਦੇਰ ਪਹਿਲਾਂ ਹੀ ਲੌਗ ਤੁਹਾਡਾ ਪ੍ਰੋਗਰਾਮ ਸ਼ੁਰੂ ਕੀਤਾ ਜੀ, ਇਸੇ ਤਰ੍ਹਾਂ ਮੈਂ ਐਕਚੁਅਲੀ ਕੋਸ਼ਿਸ਼ ਕਰ ਰਿਹਾ ਸੀ ਪਹਿਲਾਂ ਵੀ ਇਸ ਤੁਹਾਡੇ ਨਾਲ, ਐਕਚੁਅਲੀ ਡੇ ਐਂਡ ਨਾਈਟ ਨਿਊਜ਼ 'ਤੇ ਵੀ ਆਉਂਦੇ ਸੀ ਸੁਰਿੰਦਰ ਸਿੰਘ, ਹਾਂਜੀ ਉਹਨਾਂ 'ਤੇ ਵੀ ਉਹਨਾਂ ਨੇ ਫੋਨ ਫੜ ਕੇ ਟਾੜਾ ਲਗਾ ਦਿੱਤੀ ਹੈ, ਨਿਊਜ਼ ਕਿਤੇ ਆਈ ਨਹੀਂ ਹੈ, ਕਿਤੇ ਇੱਕ ਦੋ ਵੈਬਸਾਈਟ 'ਤੇ ਦੇਖੀ ਹੈ, ਸੋ ਨੋਬਡੀ ਨੋਜ਼ ਕਿ ਉਹਨਾਂ ਦਾ ਸਟੇਟਸ ਕੀ ਹੈਗਾ ਇਸ ਵੇਲੇ। ਉਹਨਾਂ ਨੂੰ 13 ਸਾਲ ਦੀ ਕਹਿੰਦੇ ਉਮਰ ਦੀ ਉਹਨਾਂ ਨੂੰ ਪੁਰਾਣੀ ਉਹਨਾਂ ਦੇ ਟਾੜਾ ਲਾਤੀ ਹੈ, ਕਿਉਂਕਿ ਜਸਟ ਉਹ ਕਵਰ ਕਰ ਰਹੇ ਸੀ ਹੋਰ ਕੇਸ। ਸੋ ਇਹ ਤਾਂ ਗੌਰਮੈਂਟ ਨੂੰ ਵੀ ਸੋਚਣਾ ਚਾਹੀਦਾ ਕਿ ਇਹਦੀ ਲੌਂਗ ਟਰਮ ਰਿਐਕਸ਼ਨ ਕੀ ਹੋਏਗਾ, ਜਿਹੜੇ ਯੰਗਸਟਰਸ ਨੇ ਇਸ ਤਰ੍ਹਾਂ ਰਿਵੈਂਜ ਦੀ ਇਸ ਤਰ੍ਹਾਂ ਪੋਲੀਟਿਕਸ ਕਰਨਗੇ ਅਤੇ ਫਿਰ ਜਿਹੜਾ ਯੰਗ ਹੈ ਜਾਂ ਹੋਰ ਬੰਦੇ ਨੇ ਉਹ ਵੀ ਫਿਰ ਰਿਵੈਂਜ 'ਤੇ ਆ ਜਾਂਦੇ ਨੇ ਬਦਲਾ ਲੈਣ ਦੀ, ਅਤੇ ਇੱਥੋਂ ਫਿਰ ਸਿਚੁਏਸ਼ਨ ਹੋਰ ਖਰਾਬ ਹੁੰਦੀ ਹੈ। ਸਮੀਪ ਸਿੰਘ ਜੀ, ਮੈਂ ਕਿਉਂਕਿ ਸੁਰਿੰਦਰ ਸਿੰਘ ਮੇਰੇ ਸਾਥੀ ਰਹੇ ਆ, ਮੈਂ ਜਦੋਂ ਡੇ ਐਂਡ ਨਾਈਟ ਚਲਾਉਂਦਾ ਸੀ ਉਦੋਂ ਉੱਥੇ ਸਾਡੇ ਨਾਲ ਉਹ ਕੰਮ ਕਰਦੇ ਸੀ, ਥੋੜ੍ਹੀ ਜਿਹੀ ਮੈਂ ਆਪਣੇ ਸੋਸ਼ਲ ਮੀਡੀਆ 'ਤੇ ਵੀਰਾਂ ਨੂੰ ਸਾਰਿਆਂ ਨੂੰ ਮੈਂ ਗੁਜ਼ਾਰਿਸ਼ ਵੀ ਕਰੂੰਗਾ ਕਿ ਫੈਕਟਸ ਦਾ ਪਹਿਲਾਂ ਪਤਾ ਜ਼ਰੂਰ ਆਪਾਂ ਕਰ ਲਈਏ ਅਤੇ ਫਿਰ ਆਪਾਂ ਉਹਨਾਂ 'ਤੇ ਸਾਰੇ ਕੇਸਿਸ ਨੂੰ ਇਕੱਠੇ ਮਿਲਾਉਣਾ ਸ਼ਾਇਦ ਸਹੀ ਨਹੀਂ ਹੋਊਗਾ। ਸੁਰਿੰਦਰ ਸਿੰਘ 'ਤੇ ਕੋਈ ਪੁਰਾਣਾ 1988 ਦਾ ਇੱਕ ਕੇਸ ਸੀ, ਟਾਡਾ ਦੇ ਤਹਿਤ ਇੱਕ ਕੇਸ ਸੀ ਹਰਿਆਣਾ ਦੇ ਵਿੱਚ, ਜਿਹਦੇ 'ਚ ਉਹਨਾਂ ਨੂੰ 1994 ਦੇ ਵਿੱਚ PO ਪ੍ਰੋਕਲੇਮ ਡਿਫੈਂਡਰ ਡਿਕਲੇਅਰ ਕਰ ਦਿੱਤਾ ਗਿਆ ਸੀਗਾ। ਜਦੋਂ ਉਹਨਾਂ ਨੇ ਸਾਡੇ ਕੋਲ ਉਹਨਾਂ ਨੇ ਨੌਕਰੀ ਲੈਣ ਵਾਸਤੇ ਵੀ ਡੇ ਐਂਡ ਨਾਈਟ 'ਚ ਆਏ ਸੀ, ਸਾਨੂੰ ਉਹਨਾਂ ਨੇ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਦਿੱਤੀ। ਮੇਰੇ ਹਿਸਾਬ ਨਾਲ ਇਹ ਗੱਲ ਸਹੀ ਨਹੀਂ ਸੀਗੀ, ਜਦੋਂ ਤੁਸੀਂ ਇੰਪਲੋਇਮੈਂਟ ਲੈਣ ਆਉਂਦੇ ਜੇ ਤਾਂ ਤੁਹਾਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੀਦੀ ਹੈ, ਅਦਰਵਾਈਜ਼ ਇੰਪਲੋਇਮੈਂਟ ਦੇਣ ਵਾਲਾ ਜਿਹੜਾ ਵਾ ਉਹ ਵੀ ਇੱਕ ਫਿਊਜੀਟਿਵ ਨੂੰ ਇੰਪਲੋਇਮੈਂਟ ਨਹੀਂ ਦੇ ਸਕਦਾ। ਖੈਰ ਉਹ ਗੱਲ ਪੁਰਾਣਾ ਵਾਕਿਆ ਹੋ ਗਿਆ, ਹੁਣ ਉਹਨਾਂ ਨੇ ਉਹਨਾਂ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ, ਉਹਨਾਂ ਨੇ ਇਸ ਕੇਸ ਦੇ ਵਿੱਚ ਸਰੈਂਡਰ ਕੀਤਾ। ਕਿਹੜੇ ਹਾਲਾਤਾਂ 'ਚ ਸਰੈਂਡਰ ਕੀਤਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ, ਕਿਉਂਕਿ ਮੈਂ ਉਹਨਾਂ ਨੂੰ ਕਿਉਂਕਿ ਮੈਨੂੰ ਉਹਨਾਂ ਨਾਲ ਪੂਰੀ ਹਮਦਰਦੀ ਆ, ਬੜੇ ਹੋਣਹਾਰ ਮੇਰੇ ਕੁਲੀਗ ਰਹੇ ਆ। ਲੇਕਿਨ ਮੇਰਾ ਖਿਆਲ ਹੈ ਵੀ ਆਪਾਂ ਹਰ ਚੀਜ਼ ਨੂੰ, ਹੁਣ ਮੈਂ ਦੇਖ ਰਿਹਾ ਸੋਸ਼ਲ ਮੀਡੀਆ 'ਤੇ ਲੋਕ ਬਾਦਲ ਸਰਕਾਰ ਨੂੰ ਉਹਨਾਂ ਕਹੀ ਜਾਂਦੇ ਜੀ ਬਾਦਲ ਸਰਕਾਰ ਨੇ ਉਹਨਾਂ ਨੂੰ ਡੱਕਤਾ। ਹਰਿਆਣਾ ਦਾ ਕੇਸ ਆ, ਹਰਿਆਣਾ ਦੇ ਵਿੱਚ ਉਹਨਾਂ ਨੇ ਜਾ ਕੇ ਸਰੈਂਡਰ ਕੀਤਾ ਵਾ, ਇਸ ਵੇਲੇ ਅੰਬਾਲਾ ਜੇਲ੍ਹ 'ਚੋਂ ਨਜ਼ਰਬੰਦ ਆ, ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਇਹਦੇ ਵਿੱਚ। ਸੋ ਮੇਰਾ ਖਿਆਲ ਹੈ ਸੋਸ਼ਲ ਮੀਡੀਆ 'ਤੇ ਵੀ ਆਪਾਂ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਸੋਚ ਸਮਝ ਕੇ ਫੈਕਟਸ ਨੂੰ ਪਤਾ ਕਰਕੇ, ਮੈਂ ਵੈਸੇ ਇਹਦੇ 'ਚ ਇਹ ਜ਼ਰੂਰ ਕਹਿਣਾ ਚਾਹੁੰਦਾ ਵਾਂ ਵੀ ਟਾਡਾ ਇਸ ਵੇਲੇ ਨਹੀਂ ਲੱਗਾ ਹੋਇਆ, ਔਰ ਜਿਹੜੇ ਪੁਰਾਣੇ ਟਾਡਾ ਦੇ ਕੇਸ ਹੈਗੇ ਉਹਨਾਂ ਨੂੰ ਰਿਵਿਊ ਕਰਕੇ ਉਹਨਾਂ ਸਾਰੇ ਜਿਹੜੇ ਕਾਰਕੁਨ ਆ ਜਿਹੜੇ ਲੋਕ ਟਾਡਾ ਥੱਲੇ ਇਸ ਵੇਲੇ ਨਜ਼ਰਬੰਦ ਨੇ ਉਹਨਾਂ ਦੇ ਕੇਸਿਸ ਨੂੰ ਰਿਵਿਊ ਕਰਨਾ ਚਾਹੀਦਾ। ਮੈਂ ਨਹੀਂ ਆਉਂਦਾ ਵੀ ਸਾਰਿਆਂ ਨੂੰ ਛੱਡ ਦੇਣਾ ਚਾਹੀਦਾ, ਉਸ ਦਾ ਕਿਸੇ 'ਤੇ ਬਹੁਤ ਸੰਗੀਨ ਦੋਸ਼ ਵੀ ਕੋਈ ਹੋਵੇ, ਲੇਕਿਨ ਉਹਨਾਂ ਕੇਸਿਸ ਨੂੰ ਰਿਵਿਊ ਇੱਕ ਨਵੀਂ ਨਜ਼ਰ ਦੇ ਨਾਲ ਕਰਨਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਹਾਲਾਤ ਬਦਲ ਗਏ ਆ। ਉਦੋਂ ਉਹਨਾਂ ਹਾਲਾਤਾਂ ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਕਿਸੇ ਨੇ ਕੀ ਕੀਤਾ ਜਾਂ ਕੀ ਮਜਬੂਰ ਹੋ ਕੇ ਉਦੋਂ ਕੁਛ ਕੀਤਾ, ਸੋ ਇਹ ਮੈਂ ਡੈਫੀਨੇਟਲੀ ਫੀਲ ਕਰਦਾ ਵਾਂ ਕਿ ਇੱਕ ਪੁਰਾਣੇ ਕੇਸ ਦੇ ਵਿੱਚ ਇਸ ਵੇਲੇ ਅੱਜ ਕੱਲ੍ਹ ਦੇ ਹਾਲਾਤਾਂ 'ਚ ਕਿਸੇ ਨੂੰ ਬੰਦੇ ਨੂੰ ਨਜ਼ਰਬੰਦ ਕਰਨਾ ਸਹੀ ਨਹੀਂ ਹੈ, ਪਰ ਕਾਨੂੰਨ ਅਤੇ ਕਾਨੂੰਨ ਹੀ ਹੁੰਦਾ ਵਾ ਮੇਰੇ ਖਿਆਲ, ਕਾਨੂੰਨ ਜਿਹੜਾ ਵਾ ਉਹ ਇਟ ਹੈਜ਼ ਟੂ ਟੇਕ ਇਟਸ ਡਿਊ ਪ੍ਰੋਸੈਸ, ਇਹ ਡਿਊ ਪ੍ਰੋਸੈਸ ਸੱਚੋ ਆਪਾਂ ਨੂੰ ਲੰਘਣਾ ਪਊਗਾ। ਸੋ ਮੈਂ ਇਹ ਗੁਜ਼ਾਰਿਸ਼ ਕਰਦਾ, ਮੇਰੇ ਖਿਆਲ ਆਪਾਂ ਸਾਰੇ ਕੇਸ ਨੂੰ ਮਿਕਸ ਨਾ ਕਰੀਏ, ਹਰ ਕੇਸ ਜਿਹੜਾ ਵਾ ਉਹਨੂੰ ਆਪਾਂ ਇੰਡੀਵਿਜੁਅਲ ਤਰੀਕੇ ਨਾਲ ਲੈ ਕੇ। ਮੈਂ ਇਸੇ ਕਰਕੇ ਹੀ ਅੱਜ ਸਿਰਫ 2 ਜਾਂ 3 ਕੇਸ ਜਿਹੜੇ ਆ ਡਿਸਕਸ ਕਰ ਰਿਹਾ। ਮੈਨੂੰ ਬੜੀ ਖੁਸ਼ੀ ਆ ਕਿ ਜੋਧਬੀਰ ਸਿੰਘ ਨੇ ਆਪ ਕਾਲ ਕਰਕੇ ਦੱਸਿਆ ਵੀ ਉਹਨਾਂ ਦਾ ਕੇਸ ਦੀ ਡਿਟੇਲਸ ਕੀ ਸੀ।
ਇਸ ਵੇਲੇ ਜਿਹੜੀਆਂ ਦੋ ਡਿਟੇਲਸ ਜਿਹੜੀਆਂ ਵਾ ਜੋ ਬਿਲਕੁਲ ਬਲੇਟੈਂਟ ਕੇਸਿਸ ਜਿਹੜੇ ਸੋਸ਼ਲ ਮੀਡੀਆ 'ਤੇ ਜਿਹਨਾਂ ਦੀ ਆਲੋਚਨਾ ਹੋ ਰਹੀ ਹੈ, ਜਿਹਨਾਂ ਦੀ ਸਰਕਾਰ ਦੀ ਆਲੋਚਨਾ ਹੋ ਰਹੀ, ਉਹ ਹੈ ਬਲਤੇਜ ਪੰਨੂ ਦੀ ਅਰੈਸਟ ਔਰ ਪਰੋਵਾਲ ਦੇ ਔਰ ਜਿਹੜੀ ਜੋਧਬੀਰ ਸਿੰਘ ਦੇ ਪਰਿਵਾਰ ਦੀ ਹਰੈਸਮੈਂਟ। ਸੋ ਆਪਾਂ ਇਹ ਕੇਸਿਸ ਦੇ ਵਿੱਚ ਹਕੀਕਤ ਕੀ ਆ, ਹਕੀਕਤ ਬਾਰੇ ਮੈਨੂੰ ਹਾਲੀ ਇਹਦੇ ਬਾਰੇ ਕਲੈਰਿਟੀ ਪੁਖਤਾ ਜਾਣਕਾਰੀ ਨਹੀਂ ਹੈ, ਹਰ ਬੰਦੇ ਦਾ ਆਪਣਾ ਵਿਊ ਆ, ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵਾਂ ਕਿ ਸਰਕਾਰ ਨੂੰ ਅਤੇ ਪੁਲਿਸ ਨੂੰ ਆਪਣੀ ਆਲੋਚਨਾ ਅਤੇ ਅਸਹਿਮਤੀ ਯਾਨੀ ਡਾਈਸੈਂਟ ਨੂੰ ਦਬਾਉਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਨੀ ਚਾਹੀਦੀ। ਸੋਸ਼ਲ ਮੀਡੀਆ 'ਤੇ ਹੋ ਰਹੀ ਆਲੋਚਨਾ ਦਾ ਮੁਕਾਬਲਾ ਸੋਸ਼ਲ ਮੀਡੀਆ ਉੱਤੇ ਹੀ ਆਪਣੀ ਪ੍ਰੈਜੈਂਸ ਯਾਨੀ ਮੌਜੂਦਗੀ ਵਧਾ ਕੇ ਕਰਨਾ ਚਾਹੀਦਾ ਵਾ। ਇੱਥੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਕੇ ਸੋਸ਼ਲ ਮੀਡੀਆ 'ਤੇ ਜਿਹੜਾ ਚੱਲ ਰਿਹਾ ਬਵਾਲ ਆ ਉਹਦੀ ਆਪਾਂ ਚਰਚਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ, ਅਤੇ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਦੀ। ਤੁਹਾਨੂੰ ਪਤਾ ਹੀ ਆ ਕਿ ਸੋਸ਼ਲ ਮੀਡੀਆ 'ਤੇ ਇਸ ਵੇਲੇ ਇੱਕ ਬਵਾਲ ਖੜ੍ਹਾ ਹੋਇਆ ਵਾ, ਕਿਉਂਕਿ ਕੁਝ ਸੋਸ਼ਲ ਮੀਡੀਆ ਦੇ ਕਾਰਕੁਨ ਜਿਹੜੇ ਆ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਕੇਸ 'ਤੇ ਕੋਈ ਹੋਰ ਸੀ ਜਿਹਦੇ ਕਰਕੇ ਹਿਰਾਸਤ 'ਚ ਲਿਆ ਵਾ, ਪਰ ਇੱਕ ਆਮ ਫੀਲਿੰਗ ਆ ਕਿ ਕਿਉਂਕਿ ਉਹ ਸਰਕਾਰ ਦੀ ਆਲੋਚਨਾ ਕਰਦੇ ਸੀ ਇਸ ਕਰਕੇ ਇਹ ਕੇਸ ਬਣਾਏ ਗਏ ਆ, ਔਰ ਉਹਨਾਂ ਨੂੰ ਸਾਜਿਸ਼ ਅਧੀਨ ਉਹਨਾਂ ਨੂੰ ਅੰਦਰ ਕੀਤਾ ਗਿਆ ਵਾ। ਇਹਦੇ 'ਚ ਕੀ ਸੱਚਾਈ ਆ, ਕਿੰਨੀ ਕੁ ਸੱਚਾਈ ਆ, ਇਹਦੇ ਬਾਰੇ ਆਪਾਂ ਐਗਜੈਕਟਲੀ ਤਾਂ ਨਹੀਂ ਕਹਿ ਸਕਦੇ, ਲੇਕਿਨ ਇੱਕ ਫੀਲਿੰਗ ਜ਼ਰੂਰ ਹੈ। ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਆ, ਮੈਂ ਉਹਨਾਂ ਦੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਪਰ ਇੱਥੇ ਮੈਂ ਇਹ ਜ਼ਰੂਰ ਵਿਚਾਰ ਸੁਣਨ ਤੋਂ ਪਹਿਲਾਂ ਇਹ ਜ਼ਰੂਰ ਮੈਂ ਕਹਿਣਾ ਚਾਹੂੰਗਾ ਕਿ ਸੋਸ਼ਲ ਮੀਡੀਆ ਜੋ ਸੱਜਣ ਸੋਸ਼ਲ ਮੀਡੀਆ ਉੱਤੇ ਜਿਹੜੀ ਪੱਤਰਕਾਰੀ ਕਰ ਰਹੇ ਆ ਉਹ ਵੀ ਕੁਝ ਉਹਨਾਂ ਨੂੰ ਸਾਵਧਾਨੀ ਵਰਤਣ ਦੀ ਡੈਫੀਨੇਟਲੀ ਲੋੜ ਆ। ਪੱਤਰਕਾਰੀ ਯਾਨੀ ਜਰਨਲਿਜ਼ਮ ਦਾ ਇੱਕ ਮਿਆਰ ਹੁੰਦਾ ਵਾ, ਇੱਕ ਸਿਸਟਮ ਹੁੰਦਾ ਵਾ, ਇੱਕ ਉਹਦੀ ਲਕੀਰ ਹੁੰਦੀ ਆ, ਇਹ ਲਕੀਰ ਦੀ ਜਿਹੜੀ ਉਲੰਘਣਾ ਕਰਨੀ ਨਹੀਂ ਕਰਨੀ ਚਾਹੀਦੀ। ਇਸੇ ਕਰਕੇ ਜਿਹੜੇ ਜਰਨਲਿਸਟ ਹੁੰਦੇ ਆ ਉਹਨਾਂ ਨੂੰ ਇੱਕ ਤਰੀਕੇ ਦੀ ਇਮਿਊਨਿਟੀ ਯਾਨੀ ਉਹਨਾਂ ਦਾ ਬਚਾਅ ਹੁੰਦਾ ਵਾ, ਕਿਉਂਕਿ ਉਹ ਜਰਨਲਿਸਟ ਹੁੰਦੇ ਆ। ਜੇ ਤੁਸੀਂ ਇਸ ਲਾਈਨ ਜਾਂ ਹੱਦ ਨੂੰ ਕ੍ਰੋਸ ਕਰਦੇ ਜੇ ਔਰ ਦੁਬਾਰਾ ਕ੍ਰੋਸ ਕਰਦੇ ਜੇ ਯਾਨੀ ਬਿਨਾਂ ਸਬੂਤ ਦੇ ਇਲਜ਼ਾਮ ਲਗਾਉਂਦੇ ਜੇ ਮੜਦੇ ਜੇ ਤਾਂ ਤੁਸੀਂ ਇਮਿਊਨਿਟੀ ਯਾਨੀ ਸੁਰੱਖਿਆ ਜਾਂ ਬਚਾਅ ਦੇ ਹੱਕਦਾਰ ਨਹੀਂ ਰਹਿ ਜਾਂਦੇ। ਮੈਂ ਇਹ ਵੀ ਦੇਖਿਆ ਕਿ ਬਹੁਤ ਸੱਜਣ ਸੋਸ਼ਲ ਮੀਡੀਆ 'ਤੇ ਬਿਨਾਂ ਜਾਣਕਾਰੀ ਲਏ ਜੋ ਮਨ 'ਚ ਆਉਂਦਾ ਉਹ ਲਿਖੀ ਜਾਂਦੇ ਆ। ਸੋ ਥੋੜ੍ਹੀ ਜਿਹੀ ਇਹਦੇ 'ਚ ਸਾਵਧਾਨੀ ਵਰਤਣ ਦੀ ਲੋੜ ਹੈ। ਮੈਂ ਕਿਸੇ ਦੀ ਫਰੀਡਮ ਐਕਸਪ੍ਰੈਸ਼ਨ ਨਹੀਂ ਲੈ ਕੇ ਜਾਣੀ ਚਾਹੁੰਦਾ, ਲੇਕਿਨ ਕੋਸ਼ਿਸ਼ ਕਰੋ ਕਿ ਇੱਕ ਮਿਆਰ ਦੇ ਵਿੱਚ ਰਹੀਏ, ਆਪਾਂ ਇੱਕ ਲਿਮਿਟ ਦੇ ਵਿੱਚ ਰਹੀਏ। ਕਈ ਵਾਰ ਜਿਵੇਂ ਆ ਮੈਂ ਹੁਣੇ ਗੱਲ ਕਰਕੇ ਡਿਆ, ਕੇਸ ਹਰਿਆਣੇ ਦਾ ਹੁੰਦਾ ਤਾਂ ਅਸੀਂ ਪੰਜਾਬ ਸਰਕਾਰ ਨੂੰ ਜਾਂ ਬਾਦਲ ਸਰਕਾਰ ਨੂੰ ਉਹਨਾਂ 'ਤੇ ਉਹਨਾਂ ਨੂੰ ਬੋਲਾ ਭਰਿਆ ਕਹੀ ਜਾਂਦੇ ਹਾਂ। ਪਰ ਫਿਰ ਵੀ ਮੈਂ ਇਹ ਦੇਖਿਆ ਵਾ ਕਿ ਇਹ ਥੋੜ੍ਹਾ ਜਿਹਾ ਜੇ ਆਪਾਂ ਸਾਵਧਾਨੀ ਵਰਤੀਏ, ਬੜਾ ਪਾਵਰਫੁਲ ਮੀਡੀਅਮ ਹੈ, ਇਹਨੂੰ ਹੋਰ ਪਾਵਰਫੁਲ ਆਪਾਂ ਬਣਾਉਣਾ ਵਾ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਸੀਂ ਸਿਰਫ ਆਪਣੀ ਜਿਹੜੀ ਸਾਖ ਹੈ ਉਹਨੂੰ ਹੀ ਢਾਹ ਨਹੀਂ ਲਾਓਗੇ, ਤੁਸੀਂ ਸੋਸ਼ਲ ਮੀਡੀਆ ਬਤੌਰ ਪੱਤਰਕਾਰੀ ਦੇ ਜ਼ਰੀਏ ਨੂੰ ਵੀ ਨੁਕਸਾਨ ਪਹੁੰਚਾਓਗੇ। ਇਹ ਮੈਂ ਇਹ ਕਹਿਣ ਦੀ ਮੈਂ ਜ਼ਰੂਰਤ ਇਸ ਕਰਕੇ ਕਰ ਰਿਹਾ ਕਿਉਂਕਿ ਮੈਂ ਆਪਣੇ ਮੇਰਾ ਕਰੀਬ 35 ਸਾਲ ਦਾ ਪੱਤਰਕਾਰੀ ਦਾ ਅਤੇ ਸੰਪਾਦਕੀ ਦਾ ਤਜ਼ਰਬਾ ਵਾ, ਉਹਦੇ ਆਧਾਰ 'ਤੇ ਮੈਂ ਇਹ ਗੱਲ ਤੁਹਾਨੂੰ ਸਾਡੇ ਸਾਰਿਆਂ ਨਾਲ ਸਾਂਝੀ ਕਰ ਰਿਹਾ। ਹੁਣ ਦੇਖਦੇ ਹਾਂ ਜਿਹੜੇ ਸੱਜਣ ਸਾਡੇ ਨਾਲ ਜੁੜੇ ਆ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ ਸਿੱਧੂ ਸਾਹਿਬ, ਮੈਂ ਸੁੱਚਾ ਸਿੰਘ ਲਬਾਣਾ ਬੋਲ ਰਿਹਾ ਜੀ, ਕਲੰਬਰ ਸਾਹਿਬ ਤੋਂ। ਹਾਂਜੀ ਹਾਂਜੀ ਸੁੱਚਾ ਸਿੰਘ ਜੀ, ਸਵਾਗਤ ਹੈ। ਹਾਂਜੀ, ਪਹਿਲਾਂ ਮੈਂ ਨੋਟ ਬਣਾਇਆ ਸੀ, ਕਾਫੀ ਗੱਲਾਂ ਕਰਨੀਆਂ ਸੀ। ਹੁਣ ਜਿਹੜਾ ਤੁਸੀਂ ਹੁਣੇ ਵਿਚਾਰ ਦਿੱਤਾ ਕਿ ਕਈ ਬੰਦੇ ਐਵੇਂ ਲਿਖਦੇ ਨੇ, ਕਈ ਬੰਦੇ ਐਵੇਂ ਬੋਲਦੇ ਨੇ ਜੀ, ਤੇ ਉਹ ਮੈਂ ਸਾਰਾ ਆਪਣਾ ਵਿਚਾਰ ਹੁਣ ਨੈਕਸਟ ਟਾਈਮ ਤੁਹਾਡੇ ਨਾਲ ਸ਼ੇਅਰ ਕਰੂੰਗਾ। ਪਰ ਸੱਚ ਤਾਂ ਤੁਸੀਂ ਵੀ ਬੋਲਦੇ ਆ, ਸੱਚ ਪੁੰਨ ਵੀ ਬੋਲਦਾ ਸੀ ਜੀ। ਤੇ ਆਪਣੇ ਉਹਨਾਂ ਨੂੰ ਉਹਨਾਂ ਨੇ ਚੱਕ ਲਿਆ ਜੀ, ਤੇ ਝੂਠ ਇਹ ਵੀ ਬਹੁਤ ਗੌਰਮੈਂਟ ਬੋਲਦੀ ਆ। ਹੁਣ ਤੁਸੀਂ ਇਹ ਦੇਖੋ ਕਿ ਇਹ ਜਿਹੜੀ ਰੈਲੀ ਹੋਈ ਸੀ ਆਪਣੇ ਮੋਗਾ ਦੇ ਵਿੱਚ, ਸੁਖਬੀਰ ਬਾਦਲ ਨੇ ਹਿੱਕ ਠੋਕ ਕੇ ਕਹਿੰਦਾ ਸੀ ਤੁਹਾਡੇ ਕੋਲ ਉਹਦੀ ਫੋਟੋ ਹੋਏਗੀ ਜ਼ਰੂਰ 100%, ਨਹੀਂ ਤੇ ਮੈਂ ਭੇਜ ਦਿਆਂਗਾ ਕਿ ਅਸੀਂ 150 ਬੰਦਾ ਅੰਦਰ ਕਰਤਾ, ਜੇ ਕੋਈ ਹੋਰ ਆਵਾਜ਼ ਉਠਾਏਗਾ ਉਹਨਾਂ ਨੂੰ ਵੀ ਅੰਦਰ ਕਰ ਦਿਆਂਗੇ ਜੀ। ਇਹ ਤੁਹਾਨੂੰ ਯਾਦ ਆ ਜਾਂ ਨਹੀਂ ਯਾਦ? ਹਾਂਜੀ ਹਾਂਜੀ ਹਾਂਜੀ, ਠੀਕ ਹੈ ਭਾਈ ਸਾਹਿਬ। ਹਾਂਜੀ, ਜੇ ਸੱਚਾਂ ਗੱਲਾਂ ਯਾਦ ਆ, ਸੱਚ ਬੋਲਣ ਵਾਲੇ ਬੰਦੇ ਨੂੰ ਤਾਂ ਸਜ਼ਾ ਮਿਲਦੀ ਜ਼ਰੂਰ ਆ, ਤੇ ਇਹ ਜੇ ਕੋਈ ਸੱਚ ਬੋਲਦਾ ਆ ਤੇ ਉਹਨੂੰ ਸਜ਼ਾ ਮਿਲਦੀ ਆ, ਜੋ ਕੋਈ ਝੂਠ ਬੋਲਦਾ ਉਹਨੂੰ ਸਜ਼ਾ ਨਹੀਂ ਮਿਲਦੀ। ਪਰ ਮੈਂ ਕਾਫੀ ਨੋਟ ਬਣਾਇਆ ਸੀ, ਪਰ ਜਿਹੜਾ ਹੁਣ ਤੁਸੀਂ 2 ਸੈਕਿੰਡ ਪਹਿਲਾਂ ਆਪਣਾ ਦੱਸਿਆ ਸੀ ਕਿ ਏਦਾਂ ਏਦਾਂ ਮੀਡੀਆ, ਕਿਤੇ ਤੁਹਾਨੂੰ ਤਾਂ ਉਹਨੂੰ ਮਿੱਠੇ ਲੱਡੂ ਪੈ ਰਹੇ, ਪਰ ਤੁਸੀਂ ਸੱਚ ਬੋਲਣ ਵਾਲੇ ਬੰਦੇ ਆ। ਦੇਖੋ ਭਾਈ ਸਾਹਿਬ, ਇਸ ਤਰ੍ਹਾਂ ਵਾ ਵੀ ਜੋ ਸੱਚ ਆ ਉਹ ਤਾਂ ਮੇਰੇ ਖਿਆਲ ਬੋਲਣਾ ਹੀ ਚਾਹੀਦਾ ਵਾ,
ਜੋ ਵੀ ਉਹਦੇ ਕੋਨਸੀਕੁਐਂਸਿਸ ਹੋਣ ਉਹ ਤਾਂ ਫਿਰ ਭੁਗਤਣੇ ਪੈਂਦੇ ਆ। ਇੰਨੀ ਕੁ ਤਾਂ ਸਜ਼ਾ ਜਿਹੜਾ ਬੋਲਣ ਵਾਲਾ ਵਾ ਉਹਨੂੰ ਤਿਆਰੀ ਹੋਣੀ ਚਾਹੀਦੀ ਉਹਦੀ, ਵੀ ਉਹਨੂੰ ਕਰਨਾ ਪਊਗਾ। ਔਰ ਮੇਰੇ ਖਿਆਲ ਸੱਚ ਜਿਹੜਾ ਨਾ ਇਹ ਬਿਯੋਂਡ ਅ ਪੁਆਇੰਟ ਉਹ ਦਬਾਇਆ ਨਹੀਂ ਜਾ ਸਕਦਾ, ਤੁਸੀਂ ਇੱਕ ਬੰਦੇ ਨੂੰ ਦਬਾ ਲਓਗੇ ਹੋਰ ਉੱਠ ਪਊਗਾ। ਸੋ ਮੇਰੇ ਖਿਆਲ ਆ ਆਪਾਂ ਨੂੰ ਆਪਣੀ ਲਾਈਨ 'ਤੇ ਚੱਲਣਾ ਚਾਹੀਦਾ ਵਾ, ਪਰ ਅਗੇਨ ਮੈਂ ਉੱਥੇ ਕਹੂੰਗਾ ਵੀ ਉਹ ਲਕੀਰ ਨੂੰ ਕ੍ਰੋਸ ਨਹੀਂ ਕਰਨਾ ਚਾਹੀਦਾ। ਜਰਨਲਿਜ਼ਮ ਇਹੋ ਹੀ ਜਰਨਲਿਜ਼ਮ ਔਰ ਅਫਵਾਹ ਜਿਹੜੇ ਫੈਲਦੀਆਂ ਉਹਨਾਂ ਦੇ ਵਿੱਚ ਫਰਕ ਹੁੰਦਾ। ਹਾਂਜੀ ਭਾਈ ਸਾਹਿਬ, ਹੋਰ ਵੀ ਕੁਝ ਕਹਿਣਾ ਸੁਚਲ ਸਿੰਘ ਜੀ? ਮਿਹਰਬਾਨੀ ਭਾਈ ਸਾਹਿਬ, ਬਹੁਤ ਮਿਹਰਬਾਨੀ। ਦੇਖਦੇ ਹਾਂ ਸਾਡੇ ਅਗਲੇ ਸੱਜਣ ਜਿਹੜੇ ਆ ਉਹਨਾਂ ਦਾ ਇਸ ਸਾਰੇ ਸੋਸ਼ਲ ਮੀਡੀਆ 'ਤੇ ਜੋ ਬਵਾਲ ਚੱਲ ਰਿਹਾ ਉਹ 'ਤੇ ਕੀ ਨਜ਼ਰੀਆ ਵਾ। ਹੈਲੋ, ਹੈਲੋ, ਹਾਂਜੀ ਭਾਈ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸੰਧੂ ਬੋਲਦਾ ਜੀ। ਹਾਂਜੀ ਹਾਂਜੀ ਭਾਈ ਸਾਹਿਬ, ਦੱਸੋ ਕੀ ਕਹਿਣਾ ਜੀ? ਹਾਂ ਮੈਂ ਤਾਂ ਭਾਈ ਸਾਹਿਬ ਇਹ ਕਹਿਣਾ ਚਾਹੁੰਦਾ ਹਾਂ, ਹਾਂਜੀ, ਵੀ ਆਪਾਂ ਬਹੁਤ ਵਾਰੀ ਮੈਂ ਵੀ ਟੀ ਵੀ ਰੋਜ਼ ਦੇਖਦਾ, ਤੁਹਾਡੀਆਂ ਗੱਲਾਂ ਵੀ ਸੁਣਦਾ, ਪਰ ਹੁਣ ਬਾਦਲ ਪਰਿਵਾਰ ਦੀਆਂ ਬਰੀਕੀਆਂ ਜਾਂ ਮਜੀਟੀ ਪਰਿਵਾਰ ਦੀ ਬਰੀਕੀ ਤੱਕ ਹੁਣ ਤੱਕ ਕੋਈ ਨਹੀਂ ਗਿਆ ਜੀ। ਹਾਂਜੀ ਹਾਂਜੀ ਦੱਸੋ, ਆਵਾਜ਼ ਆ ਰਹੀ ਤੁਹਾਡੀ ਜੀ? ਬਿਲਕੁਲ ਗੱਲ ਪੂਰੀ ਕਰੋ। ਹਾਂ ਆਵਾਜ਼ ਆਉਂਦੀ ਆ, ਹਾਂ ਸੁਣ ਲਈ ਤੁਹਾਡੀ। ਤੇ ਜਿਵੇਂ ਹੁਣ ਇਹਨਾਂ ਨੇ ਬੱਸਾਂ ਨੂੰ ਉਹ ਛੋਟੇ ਬੰਦਿਆਂ ਨੂੰ ਖੋਹੀਆਂ ਬੱਸਾਂ, ਜਿਵੇਂ ਇਹਨਾਂ ਨੇ ਆਪਣੀ ਟ੍ਰਾਂਸਪੋਰਟ ਵਧਾਈ ਜੀ, ਤੇ ਇੱਕ ਬੱਸ ਅੱਗੇ ਲਾ ਕੇ ਇੱਕ ਪਿੱਛੇ ਲਾ ਕੇ ਉਹ ਬੰਦਾ ਨੁਕਸਾਨ ਕੀਤਾ ਜੀ। ਤੇ ਹੁਣ ਤੱਕ ਮੈਂ ਕਿਸੇ ਵੀ ਮੀਡੀਆ ਤੋਂ ਗੱਲ ਨਹੀਂ ਸੁਣੀ। ਦੂਜੀ ਗੱਲ ਹੋਰ ਜੀ, ਦੂਜੀ ਗੱਲ ਆਪਣੇ ਬਿਕਰਮ ਸਿੰਘ ਮੀਟ ਚ ਜੀ, ਜੋ ਵੀ ਸ਼ਰਾਬ ਦੇ ਐਲਬਮ ਸੀਗੇ ਪੰਜਾਬ ਦੇ ਵਿੱਚ ਜੀ, ਜਿੱਥੇ ਜਿੱਥੇ ਵੀ ਕਿਸੇ ਵੀ ਕਾਂਗਰਸ ਬੰਦੇ ਦੇ ਐਲਬਮ ਜਾਂ ਹੋਰ, ਉਹਨੇ ਧੱਕੇ ਨਾਲ ਸਾਰੇ ਦੱਬ ਲਏ ਜੀ। ਮੇਰੇ ਬਹੁਤ ਮਿੱਤਰ ਪਿਆਰੇ ਇਹੋ ਜਿਹੇ ਨੇ ਜਿਹੜੇ ਪੰਜਾਬ ਦੇ ਵਿੱਚ ਪਟਿਆਲੇ ਦੇ ਵੀ ਹੈਗੇ ਨੇ, ਜਿਹਨੇ ਇਹਨਾਂ ਨੇ ਸ਼ਰਾਬ ਦੇ ਸੁਖਬੀਰ ਨੇ ਸ਼ਰਾਬ ਦੇ ਠੇਕਿਆਂ ਨੂੰ ਆਪਣੀ ਜਿਹੜੀਆਂ ਵਾਈਨ ਕੰਪਨੀਆਂ ਨੂੰ ਇਕੱਠਾ ਕੀਤਾ ਵੀ ਤੁਸੀਂ ਮੈਨੂੰ 1-1 ਕਰੋੜ ਰੁਪਇਆ ਮਤਲਬ ਮਹੀਨੇ ਦਾ ਦੇਣਾ ਤੇ ਇਸ ਹਿਸਾਬ ਨਾਲ ਦੇਣਾ। ਇਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਕੋਈ ਹੁਣ ਤੱਕ ਗਏ ਨਹੀਂ, ਸਾਨੂੰ ਆਮ ਬੰਦੇ ਨੂੰ ਇਹ ਗੱਲਾਂ ਪਤਾ ਕਿ ਤੁਹਾਨੂੰ ਕਿਵੇਂ ਪਤਾ ਲੱਗਦੀਆਂ। ਭਾਈ ਸਾਹਿਬ ਇਸ ਤਰ੍ਹਾਂ ਵਾ, ਮੈਂ ਤੁਸੀਂ ਬਾਹਰ ਵੱਸਦੇ ਜੇ, ਮੈਂ ਕੋਈ ਪਤਾ ਨਹੀਂ ਤੁਹਾਡੇ ਕੋਲ ਉੱਥੇ ਕਿੰਨੀ ਕੁ ਜਾਣਕਾਰੀ ਪਹੁੰਚਦੀ ਹੈ ਕਿੰਨੀ ਕੁ ਨਹੀਂ ਪਹੁੰਚਦੀ। ਮੈਂ ਅੱਜ ਤੋਂ ਸਾਲ ਕੁ ਪਹਿਲਾਂ, 1.5 ਸਾਲ ਪਹਿਲਾਂ ਮੈਂ ਟ੍ਰਿਬਿਊਨ 'ਚ ਕੰਮ ਕਰਦਾ ਸੀਗਾ। ਟ੍ਰਿਬਿਊਨ ਨੇ ਇੱਕ 6 ਪਾਰਟ ਇੱਕ ਐਕਸਪੋਜ਼ ਕੀਤਾ ਸੀਗਾ ਵੀ ਕਿਵੇਂ ਬਾਦਲ ਪਰਿਵਾਰ ਦੇ ਕੋਨਫਲਿਕਟ ਆਫ ਇੰਟਰਸਟ ਹੈ, ਕਿਵੇਂ ਉਹਨਾਂ ਦੇ ਬਿਜ਼ਨਸ ਚੱਲ ਰਹੇ ਆ। ਪਹਿਲਾ ਪਾਰਟ ਜਿਹੜਾ ਸੀਗਾ ਉਹ ਉਹਨਾਂ ਦੇ ਟ੍ਰਾਂਸਪੋਰਟ ਬਿਜ਼ਨਸ ਦਾ ਸੀਗਾ, ਦੂਜਾ ਕੁਝ ਹੋਰ ਦਾ ਸੀਗਾ, ਤੀਸਰਾ ਕੁਝ ਹੋਰ ਦਾ ਸੀਗਾ। ਇਹਦਾ 5-6 ਪਾਰਟ ਦਾ ਉਹ 4 ਜਾਂ 5 ਪਾਰਟ ਦਾ ਉਹ ਸੀਰੀਅਲਾਈਜ਼ ਕੀਤਾ ਸੀਗਾ। ਤੁਸੀਂ ਬੱਸਾਂ ਦੀ ਗੱਲ ਕੀਤੀ ਆ, ਉਹਦੇ 'ਚ ਬੜੀ ਵਿਸਥਾਰ ਦੇ ਵਿੱਚ ਇਹ ਸਭ ਕੁਛ ਦੱਸਿਆ ਗਿਆ ਸੀਗਾ। ਔਰ ਤੁਸੀਂ ਕਹਿ ਰਹੇ ਜੇ ਕਿ ਸਾਨੂੰ ਬਾਹਰ ਪਤਾ ਵਾ ਤਾਂ ਇੱਥੇ ਨਹੀਂ ਪਤਾ, ਮੈਂ ਬੜਾ ਹੈਰਾਨ ਹਾਂ। ਹਾਲੇ ਵੀ ਤੁਸੀਂ ਜੇ ਟ੍ਰਿਬਿਊਨ ਦੇ ਤੁਸੀਂ ਉਹਨਾਂ ਦੀ ਆਰਕਾਈਵਸ ਦੇ ਵਿੱਚ ਚਲ ਜਾਓ ਤਾਂ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਆ ਉਹੋ ਜਿਹੀ ਇਨਵੈਸਟੀਗੇਸ਼ਨ ਜਿਹੜੀ ਆ ਮੇਰੇ ਖਿਆਲ ਹੋਰ ਕਿਸੇ ਨੇ ਨਹੀਂ ਕੀਤੀ। ਉਸ ਤੋਂ ਬਾਅਦ ਹਾਈ ਕੋਰਟ ਨੇ ਵੀ ਉਹਦਾ ਨੋਟਿਸ ਲਿਆ, ਹਾਈ ਕੋਰਟ 'ਚ ਕੇਸ ਚੱਲ ਰਿਹਾ ਵਾ। ਔਰ ਤੁਸੀਂ ਕਹਿ ਰਹੇ ਜੇ ਵੀ ਇਹਨੂੰ ਮੀਡੀਆ ਲਿਖ ਨਹੀਂ ਰਿਹਾ, ਖੈਰ ਤੁਸੀਂ ਸ਼ਰਾਬ ਦੇ ਠੇਕਿਆਂ ਦੀ ਗੱਲ ਕੀਤੀ ਆ ਭਾਈ ਸਾਹਿਬ, ਸਾਨੂੰ ਇੱਥੇ ਇਹਦੀ ਕੋਈ ਜਾਣਕਾਰੀ ਨਹੀਂ ਹੈ ਕਿ ਕੋਈ L1 ਦੇ ਠੇਕੇ ਜਿਹੜੇ ਆ ਬਿਕਰਮ ਸਿੰਘ ਮਜੀਠੀਆ ਨੇ ਸੰਭਾਲੇ ਆ ਜਾਂ ਸੁਖਬੀਰ ਸਿੰਘ ਬਾਦਲ ਨੇ ਸੰਭਾਲੇ ਆ। ਇਹਦੇ ਬਾਰੇ ਜੇ ਤੁਹਾਡੇ ਕੋਲ ਪੁਖਤਾ ਜਾਣਕਾਰੀ ਹੈ ਤਾਂ ਜ਼ਰੂਰ ਸਾਨੂੰ ਭੇਜੋ, ਲੇਕਿਨ ਆਪਾਂ ਪੁਖਤਾ ਜਾਣਕਾਰੀ ਦੇ ਬਿਨਾਂ ਇਹੋ ਜਿਹੀ ਗੱਲ ਆਪਾਂ ਨੂੰ ਕਰਨੀ ਸ਼ੋਭਾ ਨਹੀਂ ਦਿੰਦੀ, ਆਪਾਂ ਨੂੰ ਗੱਲ ਇਹ ਨਹੀਂ ਕਰਨੀ ਚਾਹੀਦੀ। ਜਿਹੜੇ ਸੱਜਣ ਇਹ ਤੁਹਾਨੂੰ ਦੱਸ ਰਹੇ ਆ ਉਹ ਸੱਜਣਾਂ ਨੂੰ ਕਹੋ ਵੀ ਆਵਾਜ਼ ਬੁਲੰਦ ਕਰਨ, ਇੰਨਾ ਕੀ ਡਰਨ ਦੀ ਗੱਲ ਆ? ਮੇਰਾ ਖਿਆਲ ਹੈ ਜੇ ਆਪਾਂ ਜ਼ਰੂਰਤ ਹੀ ਨਹੀਂ ਕਰਾਂਗੇ ਤਾਂ ਫਿਰ ਇਹ ਗੱਲ ਬਾਹਰ ਕਿਵੇਂ ਆਊਗੀ? ਜੇ ਉਹ ਤੁਹਾਨੂੰ ਦੱਸ ਰਿਹਾ ਤਾਂ ਸਾਨੂੰ ਵੀ ਆ ਕੇ ਦੱਸਣ ਨਾ ਇਹ ਗੱਲਾਂ। ਹਾਂਜੀ ਭਾਈ ਸਾਹਿਬ, 1977 ਦੀ ਗੱਲ, ਆਪਣਾ 77 ਦੀ ਗੱਲ ਹੈ, 1977 77। ਹਾਂਜੀ, ਮੈਂ ਇਹਦੇ ਪਿੰਡ ਪੰਜਾਬ 'ਚ ਪਿੰਡ ਖੇਡਣ ਗਿਆ ਸੀ। ਅੱਛਾ ਜੀ, ਛੋਟਾ ਜਿਹਾ ਮਤਲਬ ਜ਼ਿੰਮੀਦਾਰ ਸੀਗਾ ਇਹ, ਤੇ ਇਹਦਾ ਪਿਕਰੀ ਫਾਰਮ ਸੀਗਾ ਉਦੋਂ, ਤੇ ਟੁੱਟਿਆ ਸਟੇਡੀਅਮ ਬਾਦਲ ਪਰਿਵਾਰ ਦੇ ਵਿੱਚ, ਇਹਦੀ ਜਿਹੜੀ ਕੋਠੀ ਸੀਗੀ ਉਹਨੂੰ ਅਜੇ ਲਪਾਈ ਨਹੀਂ ਸੀ ਜੀ। ਤੇ ਵੀ ਉਹ ਸੋਚਣ ਵਾਲੀਆਂ ਗੱਲਾਂ ਨੇ ਭਾਈ ਸਾਹਿਬ, ਇਹ ਕਿੱਥੋਂ ਕਿਵੇਂ ਹੁੰਦੀਆਂ ਨੇ, ਕੀ ਕਰਦਾ ਕੀ ਨਹੀਂ ਕਰਦੇ, ਮਤਲਬ ਭਾਈ ਸਾਹਿਬ ਬਿਲਕੁਲ ਠੀਕ ਆ, ਬਿਲਕੁਲ ਠੀਕ ਆ। ਸਾਰੇ ਲੋਕ ਹੈਰਾਨ ਆ ਵੀ ਇਹ ਕਿਵੇਂ ਇਹਨਾਂ ਦੇ ਬਿਜ਼ਨਸ ਇੰਟਰਸਟ ਵਧੇ ਆ। ਇਹ ਗੱਲ ਆਪਾਂ ਜ਼ਰੂਰ ਕਰ ਸਕਦੇ ਹਾਂ, ਪਰ ਇਹਦੇ ਪਿੱਛੇ ਇਹਦੀ ਕੀ ਕਹਾਣੀ ਆ? ਬਹੁਤ ਸਾਰੇ ਇਹੋ ਜਿਹੇ ਬਿਜ਼ਨਸਮੈਨ ਵੀ ਹੋਣਗੇ, ਮੈਂ ਉਹਨਾਂ ਦੀ ਕੋਈ ਉਹਨਾਂ ਦੀ ਮੈਂ ਵਕਾਲਤ ਨਹੀਂ ਕਰ ਰਿਹਾ, ਮੈਂ ਤੁਹਾਨੂੰ ਇਹ ਫਿਰ ਮੈਂ ਕਹਿਣਾ ਚਾਹੁੰਦਾ, ਮੈਂ ਕਿਸੇ ਦੀ ਵਕਾਲਤ ਨਹੀਂ ਕਰ ਰਿਹਾ, ਮੈਂ ਇਸ ਸਰਕਾਰ ਦੀਆਂ ਨੀਤੀਆਂ ਦੀ ਬਹੁਤ ਆਲੋਚਨਾ ਕਰਦਾ ਵਾਂ, ਪਰ ਪੁਖਤਾ ਸਬੂਤ ਦੇ ਬਿਨਾਂ ਆਪਾਂ ਨਹੀਂ ਕਹੀਏ। ਬਹੁਤ ਸਾਰੇ ਬਿਜ਼ਨਸਮੈਨ ਹੋਣਗੇ ਇਹੋ ਜਿਹੇ
ਜਿਹੜੇ ਅੱਜ ਤੋਂ 30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਜਿਹਨਾਂ ਦਾ ਬਿਜ਼ਨਸ ਬੜਾ ਛੋਟਾ ਸੀ ਅਤੇ ਇਸ ਵੇਲੇ ਮਲਟੀ ਮਿਲੀਨੀਅਰ ਨੇ, ਇਸ ਵੇਲੇ ਬੜੀ ਤਰੱਕੀ ਕਰ ਗਏ। ਸੋ ਹਰ ਚੀਜ਼ ਨੂੰ ਤੁਹਾਨੂੰ ਇੱਕ ਸਬੂਤ ਦੇ ਬੇਸ ਦੇ ਉੱਤੇ ਆਪਾਂ ਨੂੰ ਪਰਖਣਾ ਪਊਗਾ ਔਰ ਫਿਰ ਉਹਦੀ ਆਪਾਂ ਨੂੰ ਗੱਲ ਕਰਨੀ ਪਊਗੀ। ਬਾਕੀ ਇਹ ਮੈਂ ਜ਼ਰੂਰ ਕਹਿ ਰਿਹਾ ਹਾਂ ਕਿ ਇਸ ਸਰਕਾਰ ਦੇ ਬਾਦਲ ਪਰਿਵਾਰ ਦੇ ਕੌਨਫਲਿਕਟ ਆਫ ਇੰਟਰਸਟ ਬੜੇ ਗੰਭੀਰ ਆ ਔਰ ਇਹ ਕੌਨਫਲਿਕਟ ਆਫ ਇੰਟਰਸਟ ਜਿਹੜੇ ਆ ਨਹੀਂ ਹੋਣੇ ਚਾਹੀਦੇ ਔਰ ਇਹਨਾਂ ਦੀ ਡੈਫੀਨੇਟਲੀ ਜਾਂਚ ਹੋਣੀ ਚਾਹੀਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਦੇਖਦੇ ਹਾਂ ਸਾਡੇ ਅਗਲੇ ਸੱਜਣ ਜਿਹੜੇ ਆ ਉਹ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ ਹੈਲੋ ਹਾਂਜੀ ਭਾਈ ਸਾਹਿਬ, ਹੈਲੋ ਹਾਂਜੀ ਹਾਂਜੀ, ਤੁਸੀਂ ਔਨ ਏਅਰ ਜੇ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕੌਣ ਬੋਲ ਰਹੇ? ਮੈਂ ਮਨਜੀਤ ਸਿੰਘ ਪੰਡੋਰੀ ਬੋਲ ਰਿਹਾ ਜੀ। ਹਾਂਜੀ ਹਾਂਜੀ ਨਵਜੀਤ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਵਿਚਾਰ ਨੇ ਤੁਹਾਡੇ? ਸਾਡੇ ਇਹ ਵਿਚਾਰ ਹੈ ਜੀ, ਜਿਹੜਾ ਕਿ ਆ ਮੀਡੀਆ ਵਾਲਿਆਂ ਨੂੰ ਪੰਨੂ ਨੂੰ ਤੁਸੀਂ ਗ੍ਰਿਫਤਾਰ ਕੀਤਾ, ਇਹ ਬਹੁਤ ਮਾੜੀ ਗੱਲ ਹੈ ਜੀ। ਇਹ ਮੀਡੀਆ ਨੂੰ ਇਸ ਤਰ੍ਹਾਂ ਕੁਛ ਬਿਨਾਂ ਸਬੂਤਾਂ ਦੇ ਉੱਤੇ ਗ੍ਰਿਫਤਾਰ ਕਰਨਾ ਬਹੁਤ ਮਾੜੀ ਗੱਲ ਹੈ ਜੀ। ਜੇਕਰ ਕੋਈ ਸ਼ਲੀਅਤ ਗੱਲਾਂ ਦੇ ਵਿੱਚ ਬੋਲਦਾ ਜਾਂ ਲਿਖਦਾ ਮੀਡੀਆ ਦੱਸਦਾ ਹੈ ਤੇ ਇਹ ਕੋਈ ਗੁਨਾਹ ਨਹੀਂ ਹੈਗਾ, ਕੋਈ ਸਬੂਤ ਹੋਣੇ ਚਾਹੀਦੇ ਨੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਜੀ। ਤੇ ਇਸ ਤਰ੍ਹਾਂ ਦਬਾਉਣਾ ਇਹ ਚੰਗੀ ਗੱਲ ਨਹੀਂ ਹੈ ਜੀ। ਬਿਲਕੁਲ, ਅਸੀਂ ਆਪ ਇਸ ਚੀਜ਼ ਨਾਲ ਸਹਿਮਤ ਹਾਂ ਔਰ ਜਿਸ ਤਰੀਕੇ ਨਾਲ ਇਹ ਕੀਤਾ ਗਿਆ ਵਾ ਉਹ ਬਿਲਕੁਲ ਗਲਤ ਹੈ। ਜੇ ਕੋਈ ਸ਼ਿਕਾਇਤ ਸੀ ਤਾਂ ਸ਼ਿਕਾਇਤ ਨਾਲ ਡੀਲ ਕਰਨ ਦਾ ਕੋਈ ਡੈਫੀਨੇਟਲੀ ਤਰੀਕਾ ਲੱਭਿਆ ਜਾ ਸਕਦਾ ਵਾ। ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਇੰਡੀਅਨ ਪੀਨਲ ਕੋਡ IPC ਦੀ ਧਾਰਾ 376 ਦੇ ਵਿੱਚ ਸ਼ਾਇਦ ਸੋਧ ਕਰਨ ਦੀ ਲੋੜ ਆ। ਉਹਦੇ ਵਿੱਚ ਰੇਪ ਦਾ ਇੱਕ ਪ੍ਰੋਵੀਜ਼ਨ ਆ, ਬਲਾਤਕਾਰ ਦਾ ਇੱਕ ਪ੍ਰੋਵੀਜ਼ਨ ਆ ਔਰ ਰੇਪ ਦੇ ਵਿੱਚ ਕਈ ਕੁਛ ਉਹਦੇ ਵਿੱਚ ਸਭ ਕੁਛ ਹੀ ਆ ਜਾਂਦਾ ਵਾ। ਉਹਦੇ ਵਿੱਚ ਕਿਸੇ ਨਾ ਕਿਸੇ ਨਾਲ ਜ਼ਬਰੀ ਜਨਾਹ ਕਰਨਾ ਜਿਹੜਾ ਵਾ ਉਹ ਵੀ ਉਹਦੇ 'ਚ ਸ਼ਾਮਿਲ ਹੋ ਜਾਂਦਾ ਵਾ, ਕਿਸੇ ਮਾਈਨਰ ਦੇ ਨਾਲ ਰੇਪ ਕਰਨਾ ਉਹ ਵੀ ਉਹਦੇ ਵਿੱਚ ਸ਼ਾਮਿਲ ਹੋ ਜਾਂਦਾ ਵਾ ਔਰ ਕਈ ਵਾਰਾਂ ਜਦੋਂ ਕੰਸੈਂਸ਼ੁਅਲ ਰਿਲੇਸ਼ਨਸ਼ਿਪਸ ਜਿਹੜੀਆਂ ਵਾ ਉਹਦੇ 'ਚ ਦਰਾਰ ਪੈ ਜਾਂਦੀ ਆ, ਉਹਦੇ 'ਚ ਵੀ ਜੇ ਕੋਈ ਸ਼ਿਕਾਇਤ ਕਰਦਾ ਵਾ ਤਾਂ ਉਹ ਵੀ ਉਹਦੇ ਵਿੱਚ ਚੀਜ਼ ਨਾਲ ਹੀ ਉਸੇ ਜੋੜ ਦਿੱਤੀ ਜਾਂਦੀ ਆ। ਇਹ ਸਾਰੀਆਂ ਚੀਜ਼ਾਂ ਵੱਖਰੀਆਂ ਹੁੰਦੀਆਂ ਵਾ ਔਰ ਮੇਰੇ ਖਿਆਲ ਉਹਦੇ 'ਚ ਡੈਫੀਨੇਸ਼ਨਸ ਬੜੀਆਂ ਕਲੈਰਿਟੀ ਕਰਨੀ ਚਾਹੀਦੀ ਆ ਕਿ ਆਹ ਡੈਫੀਨੇਸ਼ਨ ਜੇ ਕੋਈ ਪੁਰਾਣੀ ਰਿਲੇਸ਼ਨਸ਼ਿਪ ਬਾਰੇ ਅੱਜ ਕੋਈ ਦੋਸ਼ ਲਾ ਰਿਹਾ ਵਾ ਤਾਂ ਉਹਨੂੰ ਕਿਵੇਂ ਨਜਿੱਠਣਾ ਵਾ, ਉਹਦੀ ਸਜ਼ਾ ਕੀ ਹੋਣੀ ਚਾਹੀਦੀ ਆ, ਉਹਦੀ ਬੇਲ ਕਿਵੇਂ ਹੋ ਸਕਦੀ ਆ, ਉਹਨੂੰ ਅਰੈਸਟ ਕਰਨ ਦੀ ਲੋੜ ਹੈ ਕਿ ਨਹੀਂ ਹੈ। ਇਹ ਮੇਰੇ ਖਿਆਲ ਜਿਹੜੀਆਂ ਵਾ ਪੁਲਿਸ ਕੋਲ ਇਹਦੀਆਂ ਪਾਵਰਸ ਨਹੀਂ ਹੋਣੀ ਚਾਹੀਦੀਆਂ, ਕਾਨੂੰਨ ਦੇ ਵਿੱਚ ਹੀ ਇਹਦੀ ਡੈਫੀਨੇਸ਼ਨ ਹੋਣੀ ਚਾਹੀਦੀ ਹੈ। ਦੇਖਦੇ ਹਾਂ ਅਗਲੇ ਸੱਜਣ ਕੀ ਵਿਚਾਰ ਰੱਖਣੇ ਚਾਹੁੰਦੇ। ਹੈਲੋ ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਦਵਿੰਦਰ ਮਾਨ ਬੋਲਦਾ ਟੋਰਾਂਟੋ ਤੋਂ ਜੀ। ਹਾਂਜੀ ਮਾਨ ਸਾਹਿਬ, ਸਵਾਗਤ ਹੈ ਜੀ। ਸੰਧੂ ਸਾਹਿਬ, ਜੋ ਕੁਛ ਬਲਤੇਜ ਪੰਨੂ ਜੀ ਨਾਲ ਹੋਇਆ ਹਨਾ ਜੀ, ਉਹਦੀ ਤਾਂ ਜਿੰਨੀ ਆਲੋਚਨਾ ਕੀਤੀ ਜਾਵੇ ਠੀਕ ਹੈ, ਉਹਦੇ 'ਚ ਕੁਛ ਅਸੀਂ ਜੋ ਵੀ ਸੱਜਣ ਮਿੱਤਰ ਜੁੜੇ ਹੋਏ ਨੇ ਨਾਲ ਵੀ, ਮੈਂ ਵੀ ਜੁੜਿਆ ਬਲਤੇਜ ਪੰਨੂ ਜੀ ਨਾਲ ਜੀ, ਤੁਹਾਡੇ ਨਾਲ ਤੁਹਾਡਾ ਪੇਜ ਨੂੰ ਵੀ ਫੋਲੋ ਕਰਦੇ ਹਾਂ। ਤੁਸੀਂ ਪੋਸਟ ਪਾ ਦਿੰਦੇ ਹੋ ਕੋਈ ਵੀ ਲਿਖ ਤੇ ਜੀ ਸਰਕਾਰ ਦੀ ਆਲੋਚਨਾ, ਜਿਹੜੇ ਅਸੀਂ ਕਮੈਂਟ ਕਰਦੇ ਆ ਨਾ ਥੱਲੇ ਜੀ, ਸਰਕਾਰ ਨੂੰ ਪ੍ਰੋਬਲਮ ਪੋਸਟ ਤੋਂ ਨਹੀਂ ਹੁੰਦੀ, ਥੱਲੇ ਵਾਲੇ ਕਮੈਂਟਾਂ ਤੋਂ ਹੁੰਦੀ ਹੈ। ਜਿਹੜੇ ਅਸੀਂ ਕੋਈ ਵੀ ਬੰਦਾ ਕਮੈਂਟ ਪਾਉਂਦਾ, ਅਸੀਂ ਆਪਦੀ ਸ਼ਬਦਾਵਲੀ ਨਹੀਂ ਸਹੀ ਕਰਦੇ ਤੇ ਸਰਕਾਰ ਲਈ ਰਾਹ ਸੌਖਾ ਹੋ ਜਾਂਦਾ ਉਹ ਬੰਦੇ ਦਾ ਮੂੰਹ ਬੰਦ ਕਰਾਉਣ ਲਈ। ਬਿਲਕੁਲ, ਮੈਂ ਇਹਦੇ ਨਾਲ ਸਹਿਮਤ ਹਾਂ ਜੀ। ਦੇਖੋ ਮੈਂ ਅਖਬਾਰਾਂ 'ਚ ਕੰਮ ਕੀਤਾ ਵਾ, ਮੈਂ ਕਰੀਬ 4-5 ਅਖਬਾਰਾਂ 'ਚ ਕੰਮ ਕੀਤਾ, 2 ਅਖਬਾਰਾਂ ਦਾ ਮੈਨੂੰ ਸੰਪਾਦਕ ਹੋਣ ਦਾ ਵੀ ਮੌਕਾ ਮਿਲਿਆ। ਉੱਥੇ ਨਾ ਇੱਕ ਫਿਲਟਰ ਹੁੰਦਾ ਵਾ ਵੀ ਤੁਹਾਨੂੰ ਕੋਲ ਜੇ 50 ਚਿੱਠੀਆਂ ਆਈਆਂ ਤਾਂ ਉਹਨਾਂ 'ਚ ਤੁਸੀਂ ਕਿਹੜੀਆਂ ਚਿੱਠੀਆਂ ਜਿਹੜੀਆਂ ਵਾ ਜੇ ਉੱਥੇ ਸ਼ਬਦਾਵਲੀ ਸਹੀ ਨਹੀਂ ਵਰਤੀ ਗਈ ਤਾਂ ਉਹ ਤੁਸੀਂ ਇਸਤੇਮਾਲ ਨਹੀਂ ਕਰਦੇ। ਲੇਕਿਨ ਸੋਸ਼ਲ ਮੀਡੀਆ 'ਤੇ ਇਹੋ ਜਿਹਾ ਫਿਲਟਰ ਜਿਹੜਾ ਵਾ ਉਹ ਕੁਝ ਅਦਾਰੇ ਜਿਹੜੇ ਆ ਉਹ ਤਾਂ ਉਹਨਾਂ 'ਤੇ ਫਿਲਟਰ ਇਸਤੇਮਾਲ ਕਰਦੇ ਆ, ਜਿਵੇਂ ਅਖਬਾਰ ਆ ਜਿਹੜੇ ਉਹਨਾਂ 'ਚ ਤੁਸੀਂ ਚਿੱਠੀ ਲਿਖੋ ਅਤੇ ਜੇ ਉੱਥੇ ਤੁਸੀਂ ਗਲਤ ਸ਼ਬਦਾਵਲੀ ਵਰਤੀ ਗਈ ਹੈ ਤਾਂ ਉਹ ਚਿੱਠੀ ਇਸਤੇਮਾਲ ਨਹੀਂ ਕਰਨਗੇ। ਲੇਕਿਨ ਫੇਸਬੁੱਕ ਅਕਾਊਂਟਸ ਦੇ ਉੱਤੇ ਤੁਸੀਂ ਜੋ ਮਰਜ਼ੀ ਲਿਖ ਦਿਓ, ਮੈਂ ਵੀ ਵੇਖਿਆ ਇੱਥੇ 4-ਲੈਟਰ ਵਰਡਸ, ਗੰਦੇ ਵਰਡਸ, ਗਾਲਾਂ ਕੱਢ ਦਿੰਦੇ ਆ, ਬਹੁਤ ਗਲਤ ਲੈਂਗੁਏਜ ਜਿਹੜੀ ਆ, ਜਿਹੜੇ ਇੱਕ ਮੈਂ ਪੰਜਾਬੀ ਹੋਣ ਦੇ ਨਾਤੇ ਬੰਦੇ ਨੂੰ ਸ਼ਰਮ ਵੀ ਆਉਂਦੀ ਹੈ, ਸਿੱਖ ਹੋਣ ਦੇ ਨਾਤੇ ਸ਼ਰਮ ਆਉਂਦੀ ਆ ਵੀ ਕੀ ਇਹੋ ਜਿਹਾ ਕੋਈ ਪੰਜਾਬੀ ਕੋਈ ਸਿੱਖ ਇਹੋ ਜਿਹਾ ਸ਼ਬਦ ਵੀ ਇਸਤੇਮਾਲ ਕਰ ਸਕਦਾ ਵਾ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਸੀਗਾ। ਸੋ ਮੇਰੇ ਖਿਆਲ ਸਾਨੂੰ ਉਹਦੇ 'ਤੇ ਡੈਫੀਨੇਟਲੀ ਕੰਟਰੋਲ ਕਰਨਾ ਚਾਹੀਦਾ। ਆਪਣੇ ਸੋਚੀਏ ਵੀ ਅਸੀਂ ਇੱਕ ਪਬਲਿਕ ਡੋਮੇਨ 'ਚ ਜਾ ਰਹੇ ਹਾਂ, ਪਬਲਿਕ ਡੋਮੇਨ ਜਿਹੜੀ ਆ ਸੋਸ਼ਲ ਮੀਡੀਆ ਵਾ ਉਹ, ਭਾਈ ਸਾਹਿਬ ਇੱਕ ਮਿੰਟ, ਸੋਸ਼ਲ ਮੀਡੀਆ ਜਿਹੜਾ ਵਾ ਨਾ ਉਹ ਇੱਕ ਤਰੀਕੇ ਨਾਲ ਤੁਸੀਂ ਪਬਲਿਕ ਗਲੀ ਦੇ ਵਿੱਚ ਉੱਤਰ ਰਹੇ ਜੇ, ਅਤੇ ਗਲੀ ਦੇ ਵਿੱਚ ਜੇ ਆਪਾਂ ਇਹੋ ਜਿਹੀ ਸ਼ਬਦਾਵਲੀ ਵਰਤਾਂਗੇ ਤਾਂ ਉਹਦਾ ਅਸਰ ਕੀ ਹੋਊਗਾ, ਔਰ ਜੇ ਤੁਸੀਂ ਉਹੋ ਜਿਹੀ ਸ਼ਬਦਾਵਲੀ ਵਰਤੋਗੇ ਤਾਂ ਤੁਹਾਨੂੰ ਵਾਪਸ ਤੁਹਾਡੇ ਉੱਤੇ ਵੀ ਉਹੋ ਜਿਹੀ ਸ਼ਬਦਾਵਲੀ ਵਰਤ ਸਕਦਾ ਵਾ। ਸੋ ਡੈਫੀਨੇਟਲੀ ਮੈਂ ਤੁਹਾਡੇ ਨਾਲ, ਮੈਂ ਬੜੀ ਚੰਗੀ ਗੱਲ ਆ ਤੁਸੀਂ ਆਹ ਪੁਆਇੰਟ ਰੇਜ਼ ਕੀਤਾ ਵਾ ਔਰ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਜੋ ਆਪਣਾ ਸ਼ਬਦਾਵਲੀ ਵਰਤਦੇ ਹਾਂ ਉਹਦੇ 'ਤੇ ਜ਼ਰੂਰ ਕੰਟਰੋਲ ਕਰਨਾ ਚਾਹੀਦਾ ਵਾ ਔਰ ਗਲਤ ਇਸਤੇਮਾਲ ਵਰਡਸ ਦਾ ਜਿਹੜਾ ਵਾ ਭੱਦੇ ਵਰਡਸ ਬਿਲਕੁਲ ਇਸਤੇਮਾਲ ਨਹੀਂ ਕਰਨੇ ਚਾਹੀਦੇ, ਆਫਟਰ ਆਲ ਮੀਡੀਆ ਵਾ ਜੀ। ਭਾਈ ਸਾਹਿਬ ਹੋਰ ਵੀ ਕੁਛ ਕਹਿਣਾ?
ਨਹੀਂ ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਨਾਲੇ ਤਾਂ ਅਸੀਂ ਜਿਹਦੇ ਨਾਲ ਜੁੜੇ ਹੁੰਦੇ ਹਾਂ ਅਸੀਂ ਉਹਦੀਆਂ ਨਜ਼ਰਾਂ 'ਚ ਡਿੱਗਦੇ ਹਾਂ ਜੀ, ਨਾਲੇ ਅਸੀਂ ਉਹ ਬੰਦੇ ਨੂੰ ਜਿਵੇਂ ਕਰ ਦਿੰਦੇ ਹਾਂ, ਨਾਲੇ ਸਰਕਾਰ ਲਈ ਰਾਹ ਪੱਖਾ ਕਰ ਦਿੰਦੇ ਹਾਂ। ਵਿਰੋਧ ਕਰੋ, ਮੈਂ ਨਹੀਂ ਕਹਿੰਦਾ ਵੀ ਵਿਰੋਧ ਨਾ ਕਰੋ, ਮੈਂ ਵੀ ਉਹ ਕਰਦਾ, ਗੱਲ ਕਰ ਵਿਚਾਰਾਂ ਦਾ ਕਰੋ। ਬਿਲਕੁਲ ਬਿਲਕੁਲ ਠੀਕ ਹੈ ਜੀ, ਬਿਲਕੁਲ ਵਿਚਾਰਾਂ ਦਾ ਵਿਰੋਧ ਕਰੋ। ਔਰ ਇੱਕ ਤਰੀਕਾ ਹੁੰਦਾ ਵਿਰੋਧ ਕਰਨ ਦਾ, ਜੀ ਤੁਸੀਂ ਆਪਣੀ ਗੱਲ ਕਹਿ ਵੀ ਦਿੰਦੇ ਜੇ, ਔਰ ਅਗਲੇ ਨੂੰ ਲੱਗਦਾ ਵਾ ਵੀ ਇਹ ਵਾਕਈ ਮੇਰੇ ਨਾਲ ਐਗਰੀ ਨਹੀਂ ਕਰ ਰਿਹਾ, ਵੀ ਇਹ ਸਹਿਮਤੀ ਹੈ, ਪਰ ਜੋ ਕਹਿ ਰਿਹਾ ਵਾ ਸ਼ਾਇਦ ਉਹਦੇ 'ਚ ਕੋਈ ਨਾ ਕੋਈ ਦਮ ਜ਼ਰੂਰ ਹੈ, ਮੇਰੇ ਨਾਲ ਵਿਊ ਐਗਰੀ ਨਹੀਂ ਕਰ ਰਿਹਾ ਪਰ ਫਿਰ ਵੀ ਇਹਦੇ 'ਚ ਦਮ ਜ਼ਰੂਰ ਹੈ। ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਸਤਪਾਲ ਸਿੰਘ ਬਰਾੜ ਬੋਲ ਰਿਹਾ ਜੀ, ਚੀਫ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਾ ਬਾਦਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਤਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੇਰੀਆਂ ਦੋ ਤਿੰਨ ਬੇਨਤੀਆਂ, ਮੈਂ ਪ੍ਰੋਗਰਾਮ ਸੁਣ ਰਿਹਾ, ਧੰਨਵਾਦ ਤੁਹਾਡਾ, ਤੁਸੀਂ ਬੜਾ ਵਧੀਆ ਇਸ਼ੂ ਲਿਆਂਦਾ। ਹਾਂਜੀ, ਇਹਦੇ ਸਭ ਤੋਂ ਪਹਿਲਾਂ ਤਾਂ ਇਹ ਜੀ, ਸੋਸ਼ਲ ਮੀਡੀਆ ਇਹ ਇੱਕ ਡਿਬੇਟ ਦਾ ਪੋਜ਼ਿਟਿਵ ਕੰਸਟਰਕਟਿਵ ਵੇ ਚਾਹੀਦਾ ਜੀ, ਔਰ ਇਹਦੇ ਉੱਪਰ ਜਿਹੜਾ ਕੁਛ ਜਿਵੇਂ ਆਪਣੇ ਪਹਿਲਾਂ ਦੱਸ ਕੇ ਗਏ ਯੁੱਧਵੀਰ ਜੀ ਗੱਲ ਕਰਦੇ ਸਾਡੇ ਵੀ, ਉਹਨਾਂ ਨੂੰ ਹਰੈਸ ਕੀਤਾ ਗਿਆ, ਜਾਂ ਭਰੋਵਾ ਸਾਹਿਬ ਦੀ ਵਾਰ ਵਾਰ ਆ ਰਹੀ ਹੈ ਜੀ, ਮੈਂ ਨੀ ਕਹਿੰਦਾ ਕਿ ਸਰਕਾਰ ਦੇ ਜੋ ਵੀ ਇਹ ਕਹਿ ਰਹੇ ਆ ਇਹ ਕੁਛ ਵੀ ਕਹਿ ਸਕਦੇ, ਪਰ ਪਿਛਲੇ ਡੇਢ ਸਾਲ ਤੋਂ ਤਕਰੀਬਨ ਐਵਰੀ ਡੇ ਇਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਉਹਨਾਂ ਬਾਰੇ ਜਿਹੜੀਆਂ ਟਿੱਪਣੀਆਂ ਤੇ ਸ਼ਬਦਾਵਲੀ ਵਰਤੀ ਹੈ ਜੀ, ਉਹ ਫਰੀਡਮ ਆਫ ਸਪੀਚ ਨੀ ਆਉਂਦੀਗੀ, ਐਥਿਕ ਵੀ ਹੁੰਦੇ ਆ ਸਾਡੇ, ਕੁਛ ਐਥਿਕਸ ਹੋਣੇ ਚਾਹੀਦੇ ਆ ਜੀ। ਦੂਸਰੀ ਮੈਂ ਬੇਨਤੀ ਇਹ ਕਰਨ ਲੱਗਿਆ ਵੀ ਜਿਸ ਤਰ੍ਹਾਂ ਬਲਤੇਜ ਪੰਨੂ ਦੀ ਗ੍ਰਿਫਤਾਰੀ ਦੇ ਉੱਪਰ ਬਹਿਸ ਚੱਲ ਰਹੀ ਹੈ ਜੀ, ਇੱਥੇ ਸਾਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਮਿਸਟਰ ਬਲਤੇਜ ਪੰਨੂ ਬੜੇ ਹੀ ਸੀਰੀਅਸ ਕ੍ਰਾਈਮ ਦੇ ਅਧੀਨ ਚਾਰਜ ਹੋਏ ਆ ਜੀ, ਜਿੱਥੇ ਉਹਨਾਂ ਦੇ ਆਪਦੇ ਅਧਿਕਾਰ ਹੈ, ਜਿਹੜੀ ਵਿਕਟਿਮ ਵੂਮੈਨ ਹੈ ਉਹਦੇ ਵੀ ਆਪਣੇ ਅਧਿਕਾਰ ਹੈ ਜੀ। ਆਮ ਆਦਮੀ ਪਾਰਟੀ ਜਿਸ ਤਰ੍ਹਾਂ ਪਹਿਲਾਂ ਹੀ ਉਹਨੂੰ ਕਲੀਨ ਚਿੱਟ ਦੇ ਕੇ, ਜਾਂ ਸਾਡੇ ਵਿਦੇਸ਼ਾਂ ਵਿੱਚ ਬੈਠੇ ਅਸੀਂ ਸੱਜਣ ਆ ਜਿਹੜੇ, ਉਹ ਉਹਦੀ ਨਾਲ ਉਹਦੀ ਹੱਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈ, ਇਹ ਬਹੁਤ ਅਰਲੀ ਹੈ, ਇਹਦੇ ਨਾਲ ਗਲਤ ਸੰਕੇਤ ਜਾਂਦੇ ਹੈ ਜਦੋਂ ਉਹਦੀ ਜਾਂਚ ਚੱਲ ਰਹੀ ਹੈ, ਇਸ ਕਰਕੇ ਸਾਨੂੰ ਵੇਟ ਕਰਨਾ ਚਾਹੀਦਾ। ਜਿਹੜਾ ਆਮ ਆਦਮੀ ਪਾਰਟੀ ਨੇ ਉਹਨੂੰ ਕਲੀਨ ਚਿੱਟ ਪਹਿਲਾਂ ਡਿਕਲੇਅਰ ਕਰਕੇ ਉਹਨਾਂ ਦੇ ਸੀਨੀਅਰ ਲੀਡਰਸ਼ਿਪ ਬਿਆਨਬਾਜ਼ੀ ਕਰ ਰਹੀ ਹੈ, ਇਹ ਪੋਜ਼ਿਟਿਵ ਵੇ ਨਹੀਂ ਗਾ ਕਿਸੇ ਵੀ ਜਿਹੜੀ ਰਾਜਨੀਤਿਕ ਪਾਰਟੀ ਵੱਲੋਂ ਸਮਾਜ ਦੇ ਵਿੱਚ ਵਿਚਰਨ ਦਾ। ਬਹੁਤ ਜਿਹੜਾ ਫਰੀਡਮ ਆਫ ਸਪੀਚ ਦੇ ਵਿੱਚ ਜਿਹੜਾ ਹੁਣ ਤਿੰਨ ਵੀਡੀਓ ਆਈਆਂ, ਜਿਹਦੇ ਵਿੱਚ ਇੱਕ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਲ ਉਹਨਾਂ ਦੇ ਸਿਰ ਦੇ ਮੁੱਲ ਦਾ ਨਾਮ ਮੁੱਲ ਦਾ ਸਿਰ ਦਾ ਇਨਾਮ ਰੱਖ ਕੇ ਵੀਡੀਓ ਪਾਈ ਗਈ ਹੈ, ਦੂਸਰੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਨੂੰ ਬੰਬਾਂ ਨਾਲ ਅੜਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਜੀ। ਹੁਣ ਤੁਸੀਂ ਆਪ ਸੀਨੀਅਰ ਪੱਤਰਕਾਰ ਹੋ, ਆਪਾਂ ਅਸੀਂ ਅਮਰੀਕਾ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਕੀ ਅਸੀਂ ਨੀ ਸਮਝਦੇ ਕਿ ਇਹ ਇੱਕ ਅੱਤਵਾਦ ਨੂੰ ਬੜਾਵਾ ਦੇਣ ਵਾਲੀ ਗੱਲ ਹੈ, ਕੀ ਅਸੀਂ ਨੀ ਸਮਝਦੇ ਕਿ ਇਹ ਅਮਰੀਕਾ ਕੈਨੇਡਾ ਦੇ ਅੱਤਵਾਦੀ ਕਾਨੂੰਨ ਦਾਇਰੇ ਦੇ ਵਿੱਚ ਆਉਂਦੀ ਹੈ, ਔਰ ਜੇ ਭਾਰਤ ਸਰਕਾਰ ਇਹਦੇ ਤੇ ਕੋਈ ਕਾਰਵਾਈ ਕਰਦੀ ਹੈ ਤੇ ਅਸੀਂ ਉਹਨੂੰ ਬਦਲ ਦੀ ਭਾਵਨਾ ਨਹੀਂ ਦੇਖ ਸਕਦੇ ਗੇ। ਬਿਲਕੁਲ, ਇਹਨਾਂ ਮੁੱਦਿਆਂ ਬਾਰੇ ਮੈਂ ਆਪਣੇ ਮੈਂ ਬਿਲਕੁਲ, ਮੈਨੂੰ ਸਤਪਾਲ ਜੀ ਪਹਿਲਾਂ ਤਾਂ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਇਹ ਕਾਲ ਕੀਤੀ, ਐਟਲੀਸਟ ਇੱਕ ਪੱਖ ਜਿਹੜਾ ਵਾ ਬਾਦਲ ਸਰਕਾਰ ਦਾ ਪੱਖ, ਸ਼੍ਰੋਮਣੀ ਅਕਾਲੀ ਦਲ ਦਾ ਪੱਖ ਜਿਹੜਾ ਉਹ ਸਾਹਮਣੇ ਆਇਆ। ਦੋ ਤਿੰਨ ਗੱਲਾਂ, ਮੈਂ ਤੁਹਾਡੇ ਨਾਲ ਸਹਿਮਤ ਵੀ ਹਾਂ ਅਤੇ ਥੋੜ੍ਹਾ ਜਿਹਾ ਤੁਹਾਡੇ ਨਾਲ ਐਗਰੀ ਨਹੀਂ ਵੀ ਕਰਦਾ। ਦੇਖੋ, ਬਿਲਕੁਲ ਸਹੀ ਗੱਲ ਆ ਕਿ ਫਰੀਡਮ ਆਫ ਐਕਸਪ੍ਰੈਸ਼ਨ ਜਿਹੜਾ ਵਾ ਸਾਡੇ ਸੰਵਿਧਾਨਿਕ ਰਾਈਟ ਹੈ ਸਾਡੀ, ਪਰ ਉਹਦੇ ਇੱਕ ਰੀਜ਼ਨੇਬਲ ਰਿਸਟ੍ਰਿਕਸ਼ਨਸ ਵੀ ਆ। ਸੋ ਜਿਹੜੀ ਤੁਸੀਂ ਇਹ ਗੱਲ ਕਹੀ ਆ ਵੀ ਕਿਸੇ ਨੂੰ ਇਹ ਕਹਿਣਾ ਵੀ ਉਹਦੇ 'ਤੇ ਉਹਨੂੰ ਜੇ ਮਾਰਨ ਵਾਲੇ ਨੂੰ ਇੰਨਾ ਇਨਾਮ ਦਿੱਤਾ ਜਾਊਗਾ, ਬਿਲਕੁਲ ਗੈਰ ਜ਼ਿੰਮੇਵਾਰ ਬਿਆਨ ਆ, ਇਹ ਗੈਰ ਕਾਨੂੰਨੀ ਬਿਆਨ ਹੈ। ਔਰ ਜੇ ਕੋਈ ਕਹੂਗਾ ਵੀ ਅਸੀਂ ਬੰਬ ਨਾਲ ਉਡਾ ਦਿਆਂਗੇ ਕਿਸੇ ਰੈਲੀ ਨੂੰ, ਗੈਰ ਕਾਨੂੰਨੀ ਗੱਲ ਆ ਔਰ ਇਹ ਬਿਲਕੁਲ ਮੰਦਭਾਗੀ ਗੱਲ ਹੈ, ਇਹੋ ਜਿਹੀ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ। ਔਰ ਜੇ ਗੱਲ ਤੁਸੀਂ ਕਰਦੇ ਜੇ, ਤੁਸੀਂ ਕਾਨੂੰਨ ਦੇ ਜਿਹੜੀ ਦਾਇਰਾ ਵਾ ਉਹਨੂੰ ਉਹਦੀ ਉਲੰਘਣਾ ਕਰਦੇ ਜੇ, ਔਰ ਤੁਹਾਨੂੰ ਇਹਦੇ 'ਤੇ ਅਰੈਸਟ ਵੀ ਕੀਤਾ ਜਾ ਸਕਦਾ ਵਾ। ਔਰ ਜੇ ਕੋਈ ਅਰੈਸਟ ਕਰਦਾ ਵਾ ਇਹਦੀ ਆਲੋਚਨਾ ਨਹੀਂ ਹੋ ਸਕਦੀ। ਇਹ ਮੈਂ ਕਹਿਣਾ ਚਾਹੁੰਦਾ, ਹਿੰਸਕ ਕਾਰਵਾਈ ਨੂੰ ਬੜਾਵਾ ਦੇਣਾ ਗਲਤ ਆ, ਕੋਈ ਕਾਨੂੰਨ ਜਿਹੜਾ ਵਾ ਲਾਅ ਨਹੀਂ ਕਰਦਾ, ਕਿਸੇ ਮੁਲਕ ਦੇ ਵਿੱਚ ਲਾਅ ਨਹੀਂ ਕਰਦਾ, ਜਿਹੜੇ ਮੁਲਕ ਤੁਸੀਂ ਰਹਿੰਦੇ ਜੇ ਉੱਥੇ ਵੀ ਇਹ ਗੱਲ ਕਰਕੇ ਵੇਖੋ ਅਤੇ ਇਮੀਡੀਏਟਲੀ ਉੱਥੇ FBI ਔਰ ਉੱਥੋਂ ਦੀਆਂ ਜਿਹੜੀਆਂ ਏਜੰਸੀਆਂ ਵਾ ਉਹ ਉਹਦੇ 'ਚ ਡੈਫੀਨੇਟਲੀ ਤੁਹਾਡੇ 'ਤੇ ਕਾਰਵਾਈ ਕਰੂਗੀ। ਇਹ ਮੈਂ ਗੱਲ ਬੜੀ ਪਹਿਲਾਂ ਕਲੀਅਰ ਕਰਨਾ ਚਾਹੁੰਦਾ। ਲੇਕਿਨ ਪ੍ਰੋਗਰਾਮ ਸਮਾਪਤ ਕਰਨ ਤੋਂ ਪਹਿਲਾਂ ਮੈਂ ਇੱਥੇ ਜ਼ਰੂਰ ਕਹਿਣਾ ਚਾਹੁੰਦਾ ਕਿ ਬਲਦੇਵ ਪੰਨੂ ਦੇ ਉੱਤੇ ਆਰੋਪ ਬੜੇ ਸੰਗੀਨ ਹੈ, ਬੜੇ ਗੰਭੀਰ ਆ, ਲੇਕਿਨ ਕਿਉਂਕਿ ਇਹ ਗੱਲ ਪੁਰਾਣੀ ਆ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਅਰੈਸਟ ਕਰਨ ਦੀ ਲੋੜ ਸੀ, ਉਹਨਾਂ ਦੀ ਜ਼ਰੂਰ ਉਹਨਾਂ ਦੇ ਉੱਤੇ ਜਿਹੜਾ ਆਰੋਪ ਲਾਇਆ ਗਿਆ ਵਾ ਉਹਦੀ ਜ਼ਰੂਰ ਛਾਣਬੀਨ ਕਰੋ। ਪਰ ਕਿਉਂਕਿ ਇਹ ਪਿਛਲੀ ਰਾਤ ਦਾ ਜਾਂ ਉਸ ਸਵੇਰ ਦਾ ਆਰੋਪ ਨਹੀਂ ਸੀ ਵੀ ਤੁਸੀਂ ਉਹਨੂੰ ਅਗਲੀ ਦਿਨ ਮੈਡੀਕਲ ਕਰਾਉਣਾ ਜਾਂ ਫੜ ਕੇ ਤੁਸੀਂ ਅੰਦਰ ਦੇਣਾ ਕਿਤੇ ਉਹ ਭੱਜ ਨਾ ਜਾਵੇ, ਉਹਨੂੰ ਬੁਲਾਓ। ਜੇ ਮੈਂ ਅੱਗੇ ਵੀ ਕਿਹਾ ਵਾ ਕਿ ਤੁਸੀਂ ਉਹਦਾ ਪਾਸਪੋਰਟ ਲੈ ਸਕਦੇ ਜੀ,
ਤੁਸੀਂ ਉਹਨੂੰ ਬੁਲਾ ਕੇ ਆਫਟਰ ਆਲ ਇੱਕ ਰਿਸਪੋਂਸੀਬਲ ਸਿਟੀਜ਼ਨ ਹੈ ਇਸ ਮੁਲਕ ਦਾ। ਸੋ ਇਸ ਕਰਕੇ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਵਾਂ ਵੀ ਜਿਹੜੇ ਲੋਕ ਗਲਤ ਸ਼ਬਦਾਵਲੀ ਵਰਤ ਰਹੇ ਆ, ਮੈਂ ਉਹਦੇ ਵੀ ਖਿਲਾਫ਼ ਹਾਂ, ਔਰ ਇਸੇ ਕਰਕੇ ਮੈਂ ਕਹਿ ਰਿਹਾ ਵੀ ਆਪਾਂ ਆਪਣੀ ਜਿਹੜੀ ਲਾਈਨ ਹੈ ਉਹਨੂੰ ਬਿਲਕੁਲ ਨਾ ਟੱਪੀਏ। ਪਰ ਇਸ ਕੇਸ ਦੇ ਵਿੱਚ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਬਲਦੇਜ ਪੰਨੂ ਦੀ ਅਰੈਸਟ ਜਿਸ ਤਰੀਕੇ ਨਾਲ ਹੋਈ ਆ ਇਹ ਗਲਤ ਆ, ਔਰ ਇਸ ਕੇਸ ਦੀ ਤਫਤੀਸ਼ ਜ਼ਰੂਰ ਹੋਣੀ ਚਾਹੀਦੀ ਆ, ਔਰ ਹੁਣ ਵੀ ਸਰਕਾਰ ਨੂੰ ਚਾਹੀਦਾ ਵਾ ਵੀ ਇਹਦੇ 'ਚ ਹੋਮ ਡਿਪਾਰਟਮੈਂਟ 'ਚ ਦਖਲ ਦੇ ਕੇ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇ। ਨਹੀਂ ਤਾਂ ਸਰਕਾਰ ਦੀ, ਲੋਕਾਂ ਦੀ, ਲੋਕਾਂ ਦੇ ਵਿਚਕਾਰ, NRIs ਦੇ ਵਿਚਕਾਰ ਜਿਹੜੀ ਦਰਾੜ ਹੈ ਇਹ ਵੱਧ ਰਹੀ ਹੈ, ਮੰਦਭਾਗੀ ਗੱਲ ਹੈ। ਖੈਰ, ਮੈਨੂੰ ਹੁਣ ਇਸ਼ਾਰਾ ਹੋ ਗਿਆ ਵਾ, ਮੈਂ ਐਕਚੁਲੀ ਆਈ ਵਿਸ਼ ਇੱਕ ਘੰਟਾ ਹੋਰ ਹੁੰਦਾ ਇਹ ਡਿਬੇਟ, ਕਿਉਂਕਿ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਹੈ, ਮੈਂ ਇਹਨੂੰ ਕਰਨੀ ਚਾਹੁੰਦਾ ਸੀ ਪਰ ਸਮਾਂ ਖਤਮ ਹੋ ਗਿਆ। ਦੁਬਾਰਾ ਵੀ ਕਿਸੇ ਵੇਲੇ ਹੋ ਸਕਦਾ ਜੇ ਗੱਲ ਵੱਧਦੀ ਰਹੀ, ਅਸੀਂ ਚਾਹਵਾਂਗੇ ਗੱਲ ਖਤਮ ਹੋ ਜਾਵੇ, ਜੇ ਗੱਲ ਵੱਧਦੀ ਰਹੀ ਤਾਂ ਅਸੀਂ ਇਹਦੇ 'ਤੇ ਜ਼ਰੂਰ ਦੁਬਾਰਾ ਵੀ ਇਹ ਮਸਲਾ ਮੈਂ ਲੈ ਕੇ ਆਊਂਗਾ। ਸੋ ਜਿਵੇਂ ਮੈਂ ਕਿਹਾ ਵੀ ਹੁਣ ਖਤਮ, ਸਮਾਂ ਜਿਹੜਾ ਖਤਮ ਹੋ ਰਿਹਾ, ਹੁਣ ਆਪਾਂ ਕੱਲ੍ਹ ਮਿਲਾਂਗੇ। ਕੱਲ੍ਹ ਇੱਕ ਵਾਰ ਫਿਰ ਨਸ਼ਿਆਂ ਦੀ ਰੋਕਥਾਮ ਬਾਰੇ ਆਪਾਂ ਗੱਲ ਕਰਾਂਗੇ ਕਿ ਪੰਜਾਬ 'ਚ ਵੀ ਬਿਹਾਰ ਵਾਂਗੂ ਸ਼ਰਾਬਬੰਦੀ ਲਾਗੂ ਕਰਨੀ ਚਾਹੀਦੀ ਆ। ਤੁਹਾਨੂੰ ਪਤਾ ਹੀ ਆ, ਉੱਥੇ ਅਪ੍ਰੈਲ 1 ਤੋਂ ਸ਼ਰਾਬਬੰਦੀ ਲਾਗੂ ਹੋ ਰਹੀ ਆ। ਮੈਨੂੰ ਪਤਾ ਪੰਜਾਬ 'ਚ ਇਹ ਗੱਲ ਜਿਹੜੀ ਆ ਹਾਸੋ ਹੋਣੀ ਜੀ ਲੱਗਦੀ ਆ, ਪਰ ਇਹਦੇ 'ਤੇ ਇੱਕ ਡਿਬੇਟ ਜ਼ਰੂਰ ਮੈਂ ਕਰਨੀ ਚਾਹੂੰਗਾ, ਕੱਲ੍ਹ ਇਹ ਮਸਲਾ ਜਿਹੜਾ ਵਾ ਆਪਾਂ ਵਿਚਾਰਾਂਗੇ। ਅੱਜ ਵਾਸਤੇ ਇੰਨਾ ਹੀ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।